ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਈ ਲੋੜੀਏ ਸ਼ਮਾ ਦੇ ਪਰਵਾਨੇ ਵਾਂਗੂ ਜਲਦਿਆਂ ਅੰਗ ਨਾ ਮੋੜੀਏ ਗੱਲ ਵੋ ਕੀਤੀ ਸਾਡੇ ਖਿਆਲ ਪਈ ਹਾਥੀ ਇਸ਼ਕ ਮੁਹਾਵਤ ਰਾਂਝਾ ਅੰਕਸ ਦੇ ਦੇ ਹੋੜੀਏ ਗੱਲ ਵੋ ਪਈ ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਈ ਲੋੜੀਏ ਕਹੇ ਹੁਸੈਨ ਫਕੀਰ ਸਾਈਂ ਦਾ ਲੱਗੜੀ ਪ੍ਰੀਤ ਨਾ ਤੋੜੀਏ ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਈ ਲੋੜੀਏ ਜੀ ਤੁਹਾਡੀ ਇਜਾਜ਼ਤ ਨਾਲ ਮੈਂ ਸ਼ੁਰੂ ਕਰਾਂ ਜੀ। ਹਾਂਜੀ ਬਿਲਕੁਲ। ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਹੀ ਲੋੜੀਏ ਸ਼ਮਾ ਦੇ ਪਰਵਾਨੇ ਵਾਂਗੂ ਜਲਦਿਆਂ ਅੰਗ ਨਾ ਮੋੜੀਏ ਹਾਥੀ ਇਸ਼ਕ ਮਹਾਵਤ ਰਾਂਝਾ ਅੰਕਸ ਦੇ ਦੇ ਹੋੜੀਏ ਕਹੇ ਹੁਸੈਨ ਫਕੀਰ ਸਾਈਂ ਦਾ ਲੱਗੀ ਪ੍ਰੀਤ ਨਾ ਤੋੜੀਏ। ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਹੀ ਲੋੜੀਏ ਸ਼ਮਾ ਦੇ ਪਰਵਾਨੇ ਵਾਂਗੂ ਜਲਦਿਆਂ ਅੰਗ ਨਾ ਮੋੜੀਏ ਹਾਥੀ ਇਸ਼ਕ ਮਹਾਵਤ ਰਾਂਝਾ ਅੰਕਸ ਦੇ ਦੇ ਹੋੜੀਏ ਕਹੇ ਹੁਸੈਨ ਫਕੀਰ ਸਾਈਂ ਦਾ ਲੱਗੀ ਪ੍ਰੀਤ ਨਾ ਤੋੜੀਏ ਗੱਲ ਪਈ ਵੋ ਨਿਭਾਹੀ ਲੋੜੀਏ। ਮਿਹਰਬਾਨੀ। ਕੈਨ ਆਈ ਰੀਡ? ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਹੀ ਲੋੜੀਏ ਸ਼ਮਾ ਦੇ ਪਰਵਾਨੇ ਵਾਂਗੂ ਜਲਦੀਆਂ ਅੰਗ ਨਾ ਮੋੜੀਏ ਹਾਥੀ ਇਸ਼ਕ ਮਹਾਵਤ ਰਾਂਝਾ ਅੰਕਸ ਦੇ ਦੇ ਹੋੜੀਏ ਕਹੇ ਹੁਸੈਨ ਫਕੀਰ ਸਾਈਂ ਦਾ ਲਗੜੀ ਪ੍ਰੀਤ ਨਾ ਤੋੜੀਏ ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਹੀ ਲੋੜੀਏ। ਜੀ ਗੋਹਰ ਸਾਹਿਬ। ਗੱਲ ਉਹ ਕੀਤੀ ਸਾਡੇ ਖਿਆਲ ਪਈ ਗੱਲ ਪਈ ਉਹ ਨਿਭਾਈ ਲੋੜੀਏ ਸ਼ਮਾ ਦੇ ਪਰਵਾਨੇ ਵਾਂਗੂ ਸ਼ਮਾ ਦੇ ਪਰਵਾਨੇ ਵਾਂਗੂ ਜਲਦਿਆਂ ਅੰਗ ਨਾ ਮੋੜੀਏ ਹਾਥੀ ਇਸ਼ਕ ਮਹਾਵਤ ਰਾਂਝਾ ਅੰਕਸ ਦੇ ਦੇ ਹੋੜੀਏ ਕਹੇ ਹੁਸੈਨ ਫਕੀਰ ਸਾਈਂ ਦਾ ਲਗੜੀ ਪ੍ਰੀਤ ਨਾ ਤੋੜੀਏ। ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਪਈ ਵੋ ਨਿਭਾਈ ਲੋੜੀਏ ਸ਼ਮਾ ਦੇ ਪਰਵਾਨੇ ਵਾਂਗੂ ਜਲਦਿਆਂ ਅੰਗ ਨਾ ਮੋੜੀਏ ਹਾਥੀ ਇਸ਼ਕ ਮਹਾਵਤ ਰਾਂਝਾ ਆਂਕਸ ਦੇ ਦੇ ਹੋੜੀਏ ਕਹੇ ਹੁਸੈਨ ਫਕੀਰ ਸਾਈਂ ਦਾ ਲਗੜੀ ਪ੍ਰੀਤ ਨਾ ਤੋੜੀਏ ਗੱਲ ਵੋ ਕੀਤੀ ਸਾਡੇ ਖਿਆਲ ਪਈ ਗੱਲ ਕੋਈ ਗੱਲ ਜਿਹੜੀ ਹੈ ਉਹ ਕਿਸੇ ਨੇ ਕੀਤੀ ਤੇ ਉਹ ਸਾਡੀ ਸਾਨੂੰ ਉਹ ਸਾਡੇ ਅੰਦਰ ਵਸ ਗਈ ਸਾਡੇ ਅੰਦਰ ਧੱਸ ਗਈ ਉਹ ਤੇ ਹੁਣ ਉਸ ਗੱਲ ਨੂੰ ਉਮਰ ਭਰ ਨਿਭਾਉਣ ਲਈ ਅਸੀਂ ਜੋ ਕਰ ਰਹੇ ਹਾਂ ਉਹ ਕਰ ਰਹੇ ਹਾਂ ਤੇ ਇਹ ਜਦੋਂ ਇਹ ਅਸਥਾਈ ਆ ਜਾਂਦੀ ਹੈ ਤੇ ਫਿਰ ਅਗਲਾ ਜਿਹੜਾ ਮਿਸਰਾ ਹੈ ਉਹ ਇਹਦੇ ਨਾਲ ਹੀ ਸਮਝੋ ਕਿ ਇਹ ਜਿਹੜੀ ਨਿਭਾਉਣਾ ਹੈ ਉਹ ਇੰਝ ਹੈ ਕਿ ਜਿਵੇਂ ਪਤੰਗੇ ਦਾ
ਸ਼ਮਾ ਤੇ ਅੱਗ ਤੇ ਸੜਨ ਲਈ ਤਿਆਰ ਰਹਿਣਾ ਹੁੰਦਾ ਹੈ। ਸ਼ਮਾ ਜਿਹੜਾ ਉਹ ਪਰਵਾਨਾ ਜਿਹੜਾ ਹੈ ਉਹ ਸ਼ਮਾ ਤੋਂ ਡਰਨ ਦੀ ਤੋਂ ਸੜਨ ਦੀ ਵਜ੍ਹਾ ਤੋਂ ਹਟਦਾ ਨਹੀਂ ਹੈ, ਉਹਦੇ ਕੋਲ ਹੀ ਰਹਿੰਦਾ ਹੈ। ਤੇ ਲੇਕਿਨ ਇਹ ਹੈ ਕਿ ਇਹਦੇ ਨਾਲ ਯਾਨੀ ਗੱਲ ਦੀ ਸਮਝ ਪੈਣ ਦੇ ਨਾਲ ਤੇ ਕਮਿਟਮੈਂਟ ਦੇ ਨਾਲ ਜਿਹੜਾ ਇਸ਼ਕ ਦੀ ਹਾਲਤ ਪੈਦਾ ਹੁੰਦੀ ਹੈ ਉਹ ਇੰਨੀ ਤਾਕਤਵਰ ਹੁੰਦੀ ਹੈ ਕਿ ਉਹ ਇਸ਼ਕ ਜਿਹੜਾ ਹੈ ਉਹ ਹਾਥੀ ਬਣ ਜਾਂਦਾ ਹੈ। ਪਰ ਹਾਥੀ ਨੂੰ ਚਲਾਉਣ ਲਈ ਰਾਂਝਾ ਚਾਹੀਦਾ, ਰਾਂਝੇ ਤੋਂ ਬਗੈਰ ਹਾਥੀ ਜਿਹੜਾ ਹੈ ਉਹ ਡਾਇਰੈਕਸ਼ਨਲੈਸ ਹੋਏਗਾ, ਉਹ ਐਵੇਂ ਇੱਧਰ ਉੱਧਰ ਲੋਕਾਂ ਨੂੰ ਫੇਂਦਾ ਰਹੇਗਾ। ਤੇ ਜਿਹੜਾ ਰਾਂਝਾ ਹੈ, ਰਾਂਝੇ ਦਾ ਮਤਲਬ ਹੈ ਕਾਨਸ਼ੀਅਸਨੈਸ, ਜਿਹੜਾ ਰਾਂਝਾ ਹੈ ਉਹ ਉਸ ਹਾਥੀ ਨੂੰ ਆਂਕਸ ਦੇ ਤੇ ਆਂਕਸ ਜਿਹੜੀ ਉਹ ਜਿਹੜੀ ਕੀ ਹੁੰਦੀ ਹੈ ਸੋਟੀ ਜਿਹਦੇ ਨਾਲ ਹਾਥੀ ਨੂੰ ਇੱਕਦੇ ਨੇ ਉਹਦੇ ਨਾਲ ਉਹਨੂੰ ਉਹ ਮੋੜਦਾ ਜਾਂਦਾ ਹੈ, ਉਹਨੂੰ ਉਹ ਸਿੱਧੇ ਰਾਹ ਤੇ ਰੱਖਦਾ ਹੈ। ਕਹੇ ਹੁਸੈਨ ਫਕੀਰ ਸਾਈ ਦਾ ਲੱਗੜੀ ਪ੍ਰੀਤ ਨਾ ਤੋਲੀਏ, ਇਹ ਤੇ ਇਹੋ ਜਿਹੜੀ ਸ਼ੁਰੂ ਜਿਹੜਾ ਸਥਾਈ ਸੀ ਉਹਦੇ ਉਹਦੀ ਹੀ ਰੀਅਫਰਮੇਸ਼ਨ ਹੈ। ਤੇ ਇਹ ਜਿਹੜਾ ਹਾਥੀ ਇਸ਼ਕ ਮੁਹਾਵਤ ਲਾਂਝਾ ਆਂਕਸ ਦੇ ਹੋੜੀਏ, ਇਹ ਆਪਣਾ ਇਹਦੀ ਇਹਨੂੰ ਇੱਕ ਹੋਰ ਤਰੀਕੇ ਦੇ ਨਾਲ ਇਹਨੂੰ ਸਚਲ ਸਰਮਸਤ ਨੇ ਵੀ ਲਿਖਿਆ ਹੈ, ਪੈਰ ਝੂਟੇ ਤੇ ਮੁਕਮ ਰੱਖਣਾ, ਰਹਿਣਾ ਬੇ ਇਖਤਿਆਰ। ਮਤਲਬ ਜਿਹੜੀ ਪੀਂਘ ਹੈ, ਇਹ ਜਿਹੜੀ ਇਸ਼ਕ ਦੀ ਪੀਂਘ ਹੈ, ਇਹਦੇ ਵਿੱਚ ਪੈਰ ਜਿਹੜੇ ਨੇ ਨਾ ਪੀਂਘ ਦੇ ਉੱਤੇ ਉਹ ਬਹੁਤ ਮਜ਼ਬੂਤ ਕਰਕੇ ਰੱਖਣੇ ਪੈਂਦੇ ਨੇ, ਲੇਕਿਨ ਉਹਦਾ ਸਵਾਦ ਲੈਣ ਲਈ ਬੇ ਇਖਤਿਆਰ ਵੀ ਲੈਣਾ ਪੈਂਦਾ, ਸਪੋਨਟੇਨੀਅਸ ਵੀ ਲੈਣਾ ਪੈਂਦਾ। ਦੋਨੋਂ ਗੱਲਾਂ ਯਕ ਵਕਤ ਜਿਹੜੀਆਂ ਨੇ ਉਹ ਆਉਂਦੀਆਂ ਨੇ। ਮਤਲਬ ਇਹ ਕੋਈ ਡਾਇਰੈਕਸ਼ਨਲੈਸ, ਕੋਈ ਕੀ ਕਹਿੰਦੇ ਨੇ, ਕੋਈ ਬਿਲਕੁਲ ਹੀ ਸਪੋਨਟੇਨੀਅਸ ਕੰਮ ਨਹੀਂ ਹੈਗਾ, ਇਹ ਆਪ ਹੁਦਰਾ ਕੰਮ ਨਹੀਂ ਹੈਗਾ, ਇਹਦੇ ਲਈ ਸ਼ੌਰ ਵੀ ਚਾਹੀਦਾ ਇਹ ਸਾਰਾ ਕੁਛ ਕਰਨ ਲਈ। ਤੇ ਮੈਨੂੰ ਤੇ ਇੰਝ ਸਮਝ ਆਈ ਹੈ, ਤੇ ਹੁਣ ਤੁਸੀਂ ਗੱਲ ਕਰੋ। ਮੈਂ ਅਸਲ ਇਸ ਵਾਸਤੇ ਥੋੜੀ ਤਸ਼ਰੀਹ ਕਰਤੀ ਹੈ ਕਿ ਅੱਜ ਪੁਸ਼ਪਾ ਜੀ ਨੇ ਤੇ ਗਾਉਣਾ ਨੀ ਤੇ ਮੇਰਾ ਵੀ ਗਲਾ ਕੰਪਲੀਟਲੀ ਬੈਠਾ ਹੈ, ਤੇ ਮੈਂ ਵੀ ਨੀ ਗਾ ਸਕਦਾ ਤੇ ਬਸ ਗੱਲਬਾਤ ਹੀ ਹੋਣੀ ਹੈ। ਇਹ ਮਨਜ਼ੂਰ ਸਾਹਿਬ ਜਿਹੜਾ ਤੁਸੀਂ ਅੰਕਸ ਦਾ ਕਿਹਾ ਹੈ, ਇਹ ਜਿਹੜਾ ਮੈਂ ਵੇਖਿਆ ਵੇ ਉਹ ਸੋਟੀ ਦੇ ਨਾਲ ਇੱਕ ਸੂਆ ਵੀ ਹੁੰਦਾ, ਉਹੋ ਅੰਕਸ ਹੁੰਦਾ ਜਿਹੜਾ ਮਾਰਦੇ ਨੇ। ਇਹ ਵੈਸੇ ਢੱਗਿਆਂ ਨੂੰ ਜਿਹੜਾ ਨਾ ਦੜਾਉਣ ਲਈ ਉਹਨਾਂ ਨੂੰ ਵੀ ਛੋਟੀ ਜਿਹੀ ਉਹ ਵਾਲੀ ਰੱਖਦੇ। ਆਹੋ ਆਹ ਅੱਛਾ ਡਾਕਟਰ ਸਾਹਿਬ ਉਹਨੂੰ ਕਹਿੰਦੇ ਮੇਰੇ ਖਿਆਲ ਆਰ ਲਾਈ ਹੈ, ਕੋਈ ਲਾਈ ਹੁੰਦੀ ਹੈ, ਬਿਲਕੁਲ ਢੱਗਿਆਂ ਬਸ। ਅੱਛਾ ਬਿਲਕੁਲ ਉਹਨੂੰ ਆਰ ਕਹਿੰਦੇ ਨੇ, ਆਰ। ਹਾਂ ਡਾਕਟਰ ਸਾਹਿਬ ਇੱਕ ਦੱਸੋ, ਮੈਂ ਇਹਨੂੰ ਸਮਝਿਆ ਸੀਗਾ ਕਿ ਗੱਲ ਪਈ, ਗੱਲ ਨੀ ਪਈ, ਗੱਲ ਪਈ, ਜਿਹੜੀ ਗੱਲ ਤੁਹਾਡੇ ਪੈ ਗਈ ਆ ਉਹਨੂੰ ਨਿਭਾਉਣਾ ਚਾਹੀਦਾ, ਇਸ ਬਾਰੇ ਕੀ ਦੱਸਦੇ? ਇਹ ਬਹੁਤ ਫਰਕ ਹੈ ਨਾ, ਜਿਹੜੀ ਗੱਲ ਪੈ ਗਈ ਆ ਉਹ ਤੇ ਹੈ ਕਿ ਕਿਸੇ ਨੇ ਜ਼ਬਰਦਸਤੀ ਤੁਹਾਡੇ ਗੱਲ ਚ ਪਾ ਦਿੱਤੀ ਹੈ, ਉਹ ਤੇ ਫਿਰ ਕੋਈ ਇਖਤਿਆਰੀ ਅਮਲ ਨਾ ਹੋਇਆ। ਇਹ ਹੈ ਗੱਲ ਉਹ ਕੀਤੀ, ਗੱਲ ਉਹਨਾਂ ਨੇ ਕਿਸੇ ਉਹਨੇ ਕੀਤੀ, ਕੋਈ ਗੱਲ ਹੋਈ,
नहीं वो तो ठीक है सर, सेकंड लाइन वाला जो है ना वो लगता है गल पई कि जब तुसी एक बार गल पा ली अपने तो वो फिर नभानी पैनी नहीं मतलब ये देखो ना जी, किसी ने मेनू किसी मेरे गुरु ने मेनू एक गल दसी ते वो मेरे ख्याल च पै गई, मतलब वो ऐसी अंदर अंदर वड़ गई कि उस नाल सब कुछ ही बखरा दिसन लग पिया। और मेरे नाल वैसे होया भी है, ते फिर जो वो वड़ जाती है ते वो तुहाडे अंदर समा जाती है ते फिर तुहानू ओहदे मुताबक फिर जिहड़ी है ओहनू निभाउणा पैंदा है, ओहदे जिहड़े लवाजमात ने तकाजे ने रिक्वायरमेंट्स ने वह फिर पूरियां करनिया पैंदियां ने। साढ़े डॉक्टर साहब इतने गुरमुखी के जड़ा है पहले दो लफ्ज, एक तो हैगा गल, मैं समझता से एक ही गल, मतलब अलग अलग तरह लिखे गए ने, असी इस करके इन डिफरेंशिएट करने की कोशिश कर रहे थे, एक तो गल है वो अलग स्पैलिंग ने, एक हैगी गल शायद, पता नहीं ये राइटिंग च फर्क हो। नहीं ये गल गल ये गल ही है, गल ही। अच्छा हाँ जी ये गल ही है, ये इहदा इहदी बनतरी इंज है और इहदे मायने भी इंज ही बणदे ने। हाँ जी ते मतलब ये है कि कोई भी जिहड़ा स्टार्टिंग पॉइंट सी वो कोई एवें असमानो नहीं सी डिग पिया, वो एवें बैठियां बैठियां दिमाग च नहीं सी आ गया, वो ऐसी गल सी कि जिहड़ी होई किसी ने कही जेड़ी कि मेरे ख्याल मेरे विचार दा हिस्सा बनी। वैसे वो जड़ा दूसरा ना गल पई वो ओही गल जड़ी है वो ऐसी पई है मेरे अंदर कि उनू निभान वास्ते कुछ करना चाहिए, उनू निभान वास्ते कोशिश करिए लोड़ी है। वो गल जड़ी पई है इस तरह ही है, गल ता दोबारा जड़ा गल पई वो निभाई लोड़ी है, गल वो कीती एहो गल जड़ी है कीती, गल वो कीती ओहो गल जड़ी है, गल पई वो निभाई लोड़ी है, ओहो गल जड़ी है उसे नू असी निभान निभान वास्ते स्ट्रगल करने पे हैं। जेड़ा तुसी कॉमा जेड़ा हुंदा ना ओनू जे तुसी सपोजेडली जे तुसी इत्थे कॉमा एंटर करना होए, सो द वे आई सी इट इज के फॉर द फर्स्ट लाइन गल वो कीती किसे मतलब कॉमा किसे ने गल कीती साडे ख्याल पई मेरे ख्याल च पै गई मैं सोचन लग पिया, ते देन अगेन द सेकंड कॉमा कम्स इट गल पई कॉमा वो निभाही लोड़ी है, जेड़ी वो गल सी ओनू निभाना लोड़ना ਉਹਨੂੰ ਨਿਭਾਉਣ ਦਾ ਲੋੜ ਨਾ ਗੱਲ ਪਈ ਮਤਲਬ ਦਿਸ ਇਜ਼ ਇਹ ਇਹ ਜਿਹੜੀ ਕਾਫੀ ਹੈ ਇਟਸ ਅਬਾਊਟ ਕਮਿਟਮੈਂਟ ਓਬਵੀਅਸਲੀ ਇਹ ਇਹ ਸਾਰੀ ਕਾਫੀ ਜਿਹੜੀ ਹੈਗੀ ਹੈ ਇਹ ਕਮਿਟਮੈਂਟ ਕਮਿਟਮੈਂਟ ਬਾਰੇ ਹੈ, ਸੋ ਭਾਵੇਂ ਗੱਲ ਮਤਲਬ ਚਲੋ ਅਸੀਂ ਮੈਂ ਜਿੱਦਾਂ ਮੈਂ ਸੋਚ ਕੇ ਜਿੱਦਾਂ ਅਮਰ ਨੇ ਵੀ ਇਹੀ ਗੱਲ ਸੋਚੀ ਹੈ ਕਿ ਉਹ ਗੱਲ ਪਈ ਮੀਨਸ ਕਿ ਵੀ ਤੁਹਾਡੇ ਗਲੇ 'ਚ ਮੁਸੀਬਤ ਨਹੀਂ ਹਮੇਸ਼ਾ ਪੈਂਦੀ, ਤੁਹਾਡੇ ਗਲੇ 'ਚ ਹਾਰ ਵੀ ਪੈ ਜਾਂਦਾ, ਤੁਸੀਂ ਤੁਹਾਡੇ ਗੱਲ ਜਿੱਦਾਂ ਜਿੱਦਾਂ ਜੋਗੀ ਨੇ ਜਾਂ ਜੋ ਵੀ ਨੇ ਉਹ ਗਲੇ ਦੇ ਵਿੱਚ ਉਹਨਾਂ ਦੀ ਜਿਹੜੀ ਪਹਿਚਾਣ ਹੁੰਦੀ ਹੈ ਉਹਨਾਂ ਦੀ ਉਹ ਮਾਲਾ ਹੁੰਦੀ ਹੈ ਵਟ ਐਵਰ, ਸੋ ਮੈਨੂੰ ਆਈ ਮੀਨ ਜੇ ਆਪਾਂ ਚਲੋ ਇਹਦਾ ਕਾਊਂਟਰ ਪੁਆਇੰਟ ਦੇਖੀਏ ਕਿ ਜੇ ਅਸੀਂ ਇਹਨੂੰ ਇਹਨੂੰ ਗੱਲ ਮਤਲਬ ਕਿ ਜੇ ਮੈਨੂੰ ਗੱਲ ਪਈ ਮੀਨਸ ਕਿ ਮੈਂ ਉਹਨੂੰ ਸਮਾ ਲਿਆ ਮੇਰੇ ਅੰਦਰ I wear it now. ਮੈਂ ਉਹਨੂੰ ਐਕਸੈਪਟ ਕਰਕੇ ਮੈਂ ਮੇਰੀ ਉਹ ਪਹਿਚਾਣ ਬਣ ਗਈ ਹੈ ਜੋ ਮੇਰੇ ਉਹ ਗੱਲ ਪਈ ਹੈ, ਸੋ ਜੇ ਅਸੀਂ ਉਹਨੂੰ ਦੇਖੀਏ ਕਿ ਇਟਸ ਅਬਾਊਟ ਕਮਿਟਮੈਂਟ ਲਾਈਕ ਆਈ ਸੈਡ ਕਿ ਜੋ ਵੀ ਹੈ ਗੱਲ ਉਹ ਕੀਤੀ ਕਿਸੇ ਨੇ ਗੱਲ ਕੀਤੀ ਸਡਨਲੀ ਮੇਰੇ ਦਿਮਾਗ 'ਚ ਗੱਲ ਆਈ ਗੱਲ ਪਈ ਹੁਣ ਮੇਰੇ ਉਹ ਮੈਂ ਉਹਨੂੰ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਉਹਨੂੰ ਮੈਂ ਇੱਕ ਆਪਣੇ ਇੱਕ ਪਹਿਚਾਣ ਜਿੱਦਾਂ ਜੋਗੀਆਂ ਦਾ ਪਹਿਚਾਣ ਉਹਨਾਂ ਦੀ ਮਾਲਾ ਹੁੰਦੀ ਹੈ ਜਾਂ ਕਿਸੇ ਦਾ ਤਿਲਕ ਹੁੰਦਾ ਹੈ ਉਹਨੂੰ ਮੈਂ ਗੱਲ ਪਾ ਕੇ ਮੈਂ ਆਪਣੀ ਉਹ ਪਹਿਚਾਣ ਆਈ ਐਕਸੈਪਟ ਇਟ ਮੈਂ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਤੇ ਹੁਣ ਮੈਨੂੰ ਉਹ ਜਿਹੜੀ ਕਮਿਟਮੈਂਟ ਮੈਂ ਕੀਤੀ ਹੈ
ਉਹ ਇਹ ਮੇਰੇ ਤੇ ਲਾਜ਼ਮ ਹੈ, ਲੋੜੀ ਹੈ, ਇਹ ਮੇਰੇ ਤੇ ਲਾਜ਼ਮ ਹੈ ਕਿ ਮੈਂ ਉਹਨੂੰ ਨਿਭਾਵਾਂ। ਤੇ ਫਿਰ ਬਾਕੀ ਜਿਹੜੇ ਨੇ ਉਹ ਸਪੋਰਟਿਵ ਨੇ, ਸ਼ਮਾ ਦੇ ਪਰਵਾਨੇ ਵਾਂਗੂ ਜਲਦਿਆਂ ਅੰਗ ਨਾ ਮੋੜੀਏ, ਕਿ ਭਾਵੇਂ ਫਿਰ ਉਸ ਕਮਿਟਮੈਂਟ ਦੇ ਤੁਸੀਂ ਫਨਾ ਹੋ ਜਾਓ, ਭਾਵੇਂ ਤੁਸੀਂ ਤਬਾਹ ਹੋ ਜਾਓ, ਪਰ ਮਤਲਬ ਕਿ ਆਪਣੇ ਆਪ ਨੂੰ ਖਤਮ ਕਰ ਦਿਓ। ਪਰ ਖਤਮ ਕਰਨਾ ਪੈਂਦਾ ਹੀ ਹੈ ਜੇ ਤੁਸੀਂ ਕਿਸੇ ਚੀਜ਼ ਨੂੰ ਕਮਿਟਮੈਂਟ ਕੀਤੀ ਹੈ, ਜੇ ਤੁਸੀਂ ਕਿਸੇ ਵੀ ਗੱਲ ਨੂੰ, ਤੇ ਤੁਹਾਨੂੰ ਆਪਣੇ ਆਪ ਨੂੰ ਪਰਵਾਨੇ ਵਾਂਗੂ ਆਪਣਾ ਆਪਾ ਆਪ ਜਿਹੜਾ ਮੈਂ ਆ ਉਹ ਖਤਮ ਕਰਨਾ ਹੀ ਪੈਣਾ। ਹਾਂਜੀ, ਇਹ ਜਿਹੜੀ ਜਿਹੜੀ ਇਹਦੇ ਚ ਮੈਨੂੰ ਜਿਹੜੀ ਡਿਸਟਿੰਕਟ ਗੱਲ ਲੱਗਦੀ ਹੈ, ਔਰ ਇਹ ਪੰਜਾਬੀ ਕਲਾਸਿਕ ਦੇ ਵਿੱਚ ਜਿਹੜੀ ਆਪਣਾ ਆਮ ਤੌਰ ਦੇ ਉੱਤੇ ਵਰਤੀ ਜਾਂਦੀ ਇਹ ਜਿਹੜਾ ਕਾਨਸੈਪਟ ਹੈ ਇਸ਼ਕ ਲੱਗਣ ਦਾ ਵਗੈਰਾ ਵਗੈਰਾ, ਇਹ ਕੋਈ ਸਿਰਫ ਇਮੋਸ਼ਨਲ ਲੈਵਲ ਤੇ ਨਹੀਂ ਹੈ, ਇਹ ਇੱਕ ਮੁਕੰਮਲ ਥਾਟ ਪ੍ਰੋਸੈਸ ਹੈ ਜਿਹਨੂੰ ਗੱਲ ਕੀਤੀ ਦਾ ਵਿੱਚ ਜਿਹੜੀ ਆਈ ਹੈ, ਇੱਕ ਮੁਕੰਮਲ ਥਾਟ ਪ੍ਰੋਸੈਸ ਚੋਂ ਗੁਜ਼ਰ ਕੇ ਤੇ ਬੰਦਾ ਉੱਥੇ ਪਹੁੰਚਦਾ ਹੈ। ਦੇਖੋ ਨਾ, ਤੁਸੀਂ ਇਹਨਾਂ ਨੂੰ ਲੈ ਲਓ, ਸਾਰਿਆਂ ਨੂੰ ਲੈ ਲਓ, ਬੁੱਲੇ ਸ਼ਾਹ ਨੂੰ ਲੈ ਲਓ। ਬੁੱਲੇ ਸ਼ਾਹ ਤੇ ਆਪਣਾ ਮਦਰਸੇ ਦਾ ਪੜ੍ਹਿਆ ਸੀ ਤੇ ਉਹ ਬਹੁਤ ਵੱਡਾ ਆਲਮ ਸੀ, ਉਸ ਉਹਨਾਂ ਦੀ ਉਹ ਯੂਨੀਵਰਸਿਟੀ 'ਚ ਪੜ੍ਹਾਉਂਦਾ ਵੀ ਰਿਹਾ। ਵਾਰਿਸ ਸ਼ਾਹ ਦਾ ਵੀ ਅਗਰ ਤੁਸੀਂ ਉਹਦੀ ਹੀਰੀ ਪੜ੍ਹੋ ਤੇ ਤੁਹਾਨੂੰ ਪਤਾ ਲੱਗਦਾ ਕਿ ਹੀ ਵਾਜ ਏ ਜੀਨੀਅਸ ਐਂਡ ਹੀ ਵਾਜ ਸੋ ਨੌਲੇਜੇਬਲ, ਤੇ ਉਹ ਕਿਸੇ ਵੀ ਬਾਦਸ਼ਾਹ ਦਾ ਜਾ ਕੇ ਤੇ ਅਮੀਰ ਵਜ਼ੀਰ ਲੱਗ ਸਕਦਾ ਸੀ। ਤੇ ਲੇਕਿਨ ਇਹ ਹੈ ਕਿ ਜਿਹੜੇ ਉਹ ਬਣੇ, ਜਿਹੜਾ ਉਹਨਾਂ ਨੇ ਜ਼ਿੰਦਗੀ ਦਾ ਤਰੀਕਾ ਇਖਤਿਆਰ ਕੀਤਾ, ਉਹ ਇੱਕ ਪੂਰੇ ਥਾਟ ਪ੍ਰੋਸੈਸ ਤੋਂ ਗੁਜ਼ਰ ਕੇ ਕੀਤਾ। ਜਿਹੜਾ ਪੁਰਾਣਾ ਥਾਟ ਪ੍ਰੋਸੈਸ ਸੀ, ਜਿਹੜਾ ਮਦਰਸਿਆਂ 'ਚ ਪ੍ਰੋਜੈਕਟ ਕੀਤਾ ਜਾਂਦਾ ਸੀ, ਉਹਨੂੰ ਸੋਚ ਸਮਝ ਕੇ ਰੱਦ ਕੇ ਕੀਤਾ, ਰੱਦ ਕੀਤਾ ਉਹਨੂੰ। ਵੈਸੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਤੁਹਾਨੂੰ ਦੱਸਣਾ ਕਿ ਬਹੁਤ ਸਾਰੇ ਜਿਹੜੇ ਜ਼ਿੰਦਗੀ ਦੇ ਵਿੱਚ ਮੈਂ ਬੰਦੇ ਦੇਖੇ ਨੇ, ਉਹਨਾਂ ਵਿੱਚ ਬਹੁਤ ਸਾਰੇ ਬੰਦੇ ਜਜ਼ਬਾਤੀ ਲੈਵਲ ਦੇ ਉੱਤੇ ਜਿਹੜੇ ਨੇ ਉਹ ਰੱਬ ਦੇ ਮੁਨਕਰ ਹੋ ਜਾਂਦੇ ਨੇ, ਅਸੀਸਟ ਬਣ ਜਾਂਦੇ ਨੇ ਜਜ਼ਬਾਤੀ ਲੈਵਲ 'ਤੇ। ਲੇਕਿਨ ਫਿਰ ਉਹ ਕੋਈ ਜਦੋਂ ਥੋੜੀ ਜਿਹੀ ਉਮਰ ਢਲਣ ਲੱਗਦੀ ਹੈ ਤੇ ਉਹ ਮਸੀਤੜ ਹੋ ਜਾਂਦੇ ਨੇ। ਉਹਨਾਂ ਨੇ ਦਾੜੀ ਰੱਖ ਕੇ ਹਾਜੀ ਹੋ ਗਏ ਹੁੰਦੇ ਨੇ। ਤੇ ਮਤਲਬ ਇਹ ਹੈ ਕਿ ਜਿਸ ਬੰਦੇ ਨੇ ਪੂਰੇ ਥਿੰਕਿੰਗ ਦੇ ਪ੍ਰੋਸੈਸ ਚੋਂ ਗੁਜ਼ਰ ਕੇ ਇੱਕ ਚੀਜ਼ ਨੂੰ ਫੜਿਆ ਜਾਂ ਇੱਕ ਚੀਜ਼ ਨੂੰ ਛੱਡਿਆ, ਉਹ ਉਹਦੇ ਬਦਲਣ ਦੇ ਜਾਂ ਉਹਦਾ ਅਗਲਾ ਰਸਤਾ ਬਦਲਣ ਦੇ ਇਮਕਾਨ ਘੱਟ ਹੁੰਦੇ ਨੇ। ਮੇਰੀ ਤੇ ਆਬਜ਼ਰਵੇਸ਼ਨ ਦਾਤੀ ਵੀ ਇਹ ਹੋਈ ਹੈ। ਹਾਂਜੀ ਬੀਬਾ ਜੀ, ਅਗਲਾ ਵੀ ਕਰ ਦਿਓ, ਹਾਥੀ ਇਸ਼ਕ ਮੁਹਾਵਤ ਰਾਂਝਾ ਅੰਕਸ ਦੇ ਹੋੜੀ, ਇਹਦੇ ਬਾਰੇ ਚ ਵੀ ਜਿਹੜੀ ਗੱਲ ਤੁਸੀਂ ਕਰਦੇ ਪਏ ਸੀ। ਇਹ ਮੇਰੀ ਆਵਾਜ਼ ਆ ਰਹੀ ਹੈ? ਮੈਨੂੰ ਲੱਗਦਾ ਇੱਥੇ ਆ ਨੇ ਬੀਬਾ ਜੀ, ਆ ਨੇ। ਅੱਛਾ, ਚਲੇ ਗਏ ਨੇ, ਚਲੇ ਗਏ। ਤੇ ਅਮਰ ਜੀ ਕੋਈ ਨੀ, ਉਹਨਾਂ ਦਾ ਫਿਰ ਮੇਰਾ ਖਿਆਲ ਹੈ ਡਿਸਕਨੈਕਟ ਹੋ ਗਿਆ, ਯਾਰ ਡਿਸਕਨੈਕਟ ਹੋ ਗਿਆ ਯਾਰ, ਦੋਵੇਂ ਕਿਸੇ ਦਾਵਤ ਚਲੇ ਗਏ ਨੇ। ਦਾਵਤ ਕੱਲ ਹੀ ਹੈ। ਆਹੋ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਇਸੇ ਨੂੰ ਅੱਗੇ ਵੀ ਤੁਰਦੀ ਹੈ।
हाथी इश्क महावत रांझा अंकस दे होड़िए ते ओ जेड़ा थॉट प्रोसेस है जिदे जिथों लंघ के तुसी किसी चीज़ नू अपनाया है या छड़िया है ओ दे वास्ते अपनी ली ते रहन वास्ते फिर यह काम करना पैंदा ये इश्क ते ओ जड़ियां सुइयां ने डंडे ने वो खाने पैंदे ने ओ या मारने पैंदे ने और सीधा उसे ली ते रहन वास्ते जेड़ी तुसी चुनी लाली बीबा जी ते आ गए ने वापस। हां जी सर, पता नहीं की होया साडा इंटरनेट ही बिल्कुल ही उड़ी गया। आई मीन सो वी आर गेटिंग बैक। हां जी वधिया। हां बीबा जी ओ जरा गल अगे अगला भी कर दियो। हाथी इश्क महावत रांझा अंकस दे दे होड़ी। अच्छा जी सो जेड़ा मैं ओ ते आई जस्ट लाइक आई सेड के भई ए थोड़े तुसी मतलब अपने आप नु खत्म करके ही जदा ओ जेड़ा सीगा परवाने वाली गल ते आपा खत्म कर ली। सो हाथी इश्क महावत रांझा जेड़ा हाथी एक जानवर हुंदा है ओ बड़ा वड्डा जानवर हुंदा है। सो जेड़ा ए इश्क है भावे तुहाडा जिस चीज दे नाल भी जो भी इश्क हैगा ए बड़ी ए बड़ा वड्डा जज्बा है और ए ए इनु तुसी ए दिस इज अ वेरी इंपॉर्टेंट एंड वड्डा जज्बा ते जेड़ा तुहाडा महावत जेड़ा रांझा है ना ऑफ कोर्स जिदा कॉन्शियसनेस जेड़ी हैगी है ए इट इज नॉट दैट सिंपल क्योंकि जेड़ा अंकस हुंदा है ओ जेड़ा हुंदा है ओ जिदा डॉक्टर साहब ने भी दस्या ओ नुकीला हुंदा है उदा तुहानू सट लगदी है। सो ए पेंडा आसान नहीं इनू तुहानू मतलब के और जेड़ा इंसान हैगा जेड़ा ओदी नॉर्मल ओदी हैगी है ओकत ओ कहिंदे है कि भी ओ रिजिस्ट करदा है। तुसी एडा वड्डा अपने आप नू जद खत्म करन दे राह ते तुर पैंदे हो ते तुहानू तुहाडा आपा ही तुहानू उस गल तों रिजिस्ट करदा है। सो ओ तुहानू उस लई तुहानू इक रांझा चाहीदा यानी कि इक तुहानू इक मुर्शद चाहीदा है या तुहानू राह दिखाण वाला चाहीदा है या तुहानू कोई प्यार करन वाला तुहानू सिखाण वाला कोई इंसान चाहीदा है जिहड़ा तुहाडे उत्ते तुहानू ओ भावे ओ रस्ता पेनफुल है बट तुहानू इक जिहनू पंजाबी च कहिंदे ने हिंदी च कहिंदे ने पथ प्रदर्शक जिहड़ा तुहानू रस्ता दिखाण वाला। डॉक्टर साहब पंजाबी च की कहिंदे ने जिहड़ा तुहानू राह दिखाण कहे हुसैन फकीर साईं दा लगी प्रीत ना तोड़िए पर एक बार जे तुहाडी प्रीत लग गई एक बार जिस चीज नाल भी तुहाडी प्रीत लग गई एक बार देन इट इज मैंडेटोरी ए तुहाडे ते लाजम है कि तुसी उहनू तोड़ो ना एक कमिटमेंट कर जब एक बार अजकल जरा सलमान खान का भी ना कि जब मैंने एक बार अपने आप से कमिटमेंट कर ली तो मैं अपने आप की भी नहीं सुनता फिर तो वो हाल होना चाहिए था कि भी एक बार जब कमिटमेंट कर ली दैन यूर ऑल इन एक ताश की बाजी है जब तुम ऑल इन हो जाते हो तो फिर दैन दैन दैट्स इट तुम पिछे नहीं हट सकते पर तुम एक रहबर चाहिए। देखो ना हूँ तुम रांझे का तस्वीर ही देखो ਜਿਹੜਾ ਪਹਿਲੀ ਤੇ ਗੱਲ ਇਹ ਹੈ ਕਿ ਇਸ਼ਕ ਦੇ ਹਾਥੀ ਦੇ ਉੱਤੇ ਚੜ੍ਹਨਾ ਕਾਫੀ ਨਹੀਂ ਹੈ ਉਹ ਚੜ੍ਹਨ ਵਾਲਾ ਜਿਹੜਾ ਹੈ ਉਹ ਰਾਂਝੇ ਵਗੈਰਾ ਸੁਰਤ ਵਾਲਾ ਬੰਦਾ ਹੋਵੇ ਤੇ ਚੜ੍ਹ ਸਕਦਾ ਹੈ ਤੇ ਰਾਂਝੇ ਦਾ ਤੁਸੀਂ ਆਪਣਾ ਪ੍ਰੋਸੈਸ ਦੇਖੋ ਕਿ ਉਹ ਕਿਹੜੇ ਕਿਹੜੇ ਪ੍ਰੋਸੈਸ ਤੋਂ ਗੁਜ਼ਰਿਆ ਔਰ ਕਿਹੜੇ ਕਿਹੜੇ ਪ੍ਰੋਸੈਸ ਤੋਂ ਗੁਜ਼ਰ ਕੇ ਉਹਨੇ ਜੋ ਕੁਛ ਵੀ ਕੀਤਾ ਹੀਰ ਦੀ ਵਾਸਤੇ ਤੇ ਅਖੀਰ ਉਹ ਮਰ ਗਿਆ। ਲੇਕਿਨ ਇਹ ਹੈ ਕਿ ਇਸੇ ਵਾਸਤੇ ਉਹ ਆਸ਼ਕਾਂ ਦੀ ਜਾਂ ਇਸ਼ਕ ਦੀ ਉਹ ਮਿਥ ਬਣ ਗਿਆ। ਲੇਕਿਨ ਉਹਨੇ ਤੇ ਮੱਝਾਂ ਵੀ ਚਾਰੀਆਂ ਉਹਨੇ ਤੇ ਆਪਣਾ ਜੋਗੀ ਵੀ ਬਣਿਆ ਕੰਨ ਵੀ ਪੜਵਾਏ ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ 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 ਰਾਂਝਾ ਬਣਦਾ ਹੈ ਜਿਹੜਾ ਰਾਂਝੇ ਦੀਆਂ ਸਿਫਤਾਂ ਵਾਲਾ ਹੁੰਦਾ ਹੈ
ਜਾਂ ਜਿਹੜਾ ਰਾਂਝਾ ਹੁੰਦਾ ਹੈ ਉਹ ਵੀ ਇਹਨਾਂ ਸਾਰੇ ਕਸ਼ਟਾਂ ਚੋਂ ਨਿਕਲ ਕੇ ਆਇਆ ਹੁੰਦਾ ਹੈ। ਬਿਲਕੁਲ, ਤੁਹਾਡਾ ਰਹਿ ਬਰ ਇਹਨਾਂ ਪੈਂਡਿਆਂ ਤੇ ਤੁਰ ਚੁੱਕਾ ਹੁੰਦਾ, ਉਹੀ ਤੁਹਾਨੂੰ ਦੱਸ ਸਕਦਾ, ਉਹੀ ਤੁਹਾਨੂੰ ਰਸਤਾ ਦਿਖਾ ਸਕਦਾ, ਕਿਉਂਕਿ ਉਹ ਆਪ ਗੁਜ਼ਰਿਆ ਹੋਇਆ ਇਹਨਾਂ ਚੋਂ। ਜੀ can I ask a question? Ji. So jisne gal kiti hai, is that here if we follow the ranja example? Is it here? Matlab eh bhi ho sakda hai ki ranje ne heer nal gal kiti hai. Yeah. Okay. That's what I was thinking. Main kar lunga gal. ਬਿਲਕੁਲ ਤੁਸੀਂ। ਅੱਛਾ ਉਹ ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਕਿ ਜਿਹੜੇ ਜਿੰਨੀ ਵੀ ਕਾਫੀਆਂ ਔਰ ਸਾਡੇ ਫੋਕ ਲਿਖਣ ਵਾਲੇ ਇਹਨਾਂ ਨੇ ਕਾਇਨਾਤੀ ਜ਼ਿਆਦਾ ਚੀਜ਼ਾਂ ਕੀਤੀਆਂ ਨੇ, ਉਹਨਾਂ ਦੀ ਉਹ ਸਤੀ ਮਾਨੀ ਜਿਸ ਤਰ੍ਹਾਂ ਹੁੰਦੇ ਨੇ ਉਹ ਨਹੀਂ। ਇੱਕ ਮਿੰਟ ਤੇ ਰੁਕੋ ਜੀ ਜੀ। ਜਿਹੜਾ ਗੌਰ ਸਾਹਿਬ ਫੋਕ ਹੁੰਦਾ ਹੈ ਨਾ, ਫੋਕ ਜਿਹੜਾ ਉਹ ਕਲਾਸੀਕਲ ਲਿਟਰੇਚਰ ਨਹੀਂ ਹੈਗਾ। ਕਿਸੇ ਬੰਦੇ ਨੂੰ ਕਿਸੇ ਵੇਲੇ ਵੀ ਖਿਆਲ ਆ ਸਕਦਾ, ਔਰ ਇਹਨਾਂ ਖਿਆਲਾਂ ਤੇ ਹੀ ਮਜ਼ਹਬ ਬਣੇ ਨੇ, ਇਹਨਾਂ ਖਿਆਲਾਂ ਤੇ ਹੀ ਸੋਚਾਂ ਬਣੀ, ਇਹਨਾਂ ਖਿਆਲਾਂ ਤੇ ਇਨਸਾਨ ਬਣੇ ਨੇ। ਜਿਸ ਤਰ੍ਹਾਂ ਦੁਨੀਆਂ ਵਿੱਚ ਇੰਚੁਏਸ਼ਨ ਨਾਲ ਚੀਜ਼ਾਂ ਤਬਦੀਲ ਹੁੰਦੀਆਂ, ਇਸੇ ਤਰ੍ਹਾਂ ਇਨਸਾਨ ਦੀ ਜਿਹੜੀ ਆਪਣੀ ਜ਼ਾਤ ਹੈ ਉਹਦੇ ਵਿੱਚ ਵੀ ਇੰਚੁਏਸ਼ਨ ਦਾ ਬੜਾ ਅਮਲ ਦਖਲ ਹੁੰਦਾ। ਉਹ ਜਿਹੜੀਆਂ ਖਾਰਜੀ ਚੀਜ਼ਾਂ ਨੇ ਉਹ ਤੁਹਾਡੇ ਅੰਦਰ ਜਦੋਂ ਕੋਈ ਖਿਆਲ ਆਉਂਦਾ ਉਹ ਮਤਲਬ ਉਹ ਤੁਹਾਡਾ ਖਿਆਲ ਪੈ ਜਾਂਦਾ, ਤੁਹਾਡੀ ਗੱਲ ਉਹ ਕੀਤੀ ਸਾਡੇ ਖਿਆਲ ਪਈ, ਮਤਲਬ ਇੰਚੁਏਸ਼ਨ ਅਗਰ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਅਗਰ ਤੁਸੀਂ ਉਹਨੂੰ ਉਹਦੇ ਤੇ ਕਮਿਟਿਡ ਹੋ ਜਾਂਦੇ ਹੋ ਤੇ ਫਿਰ ਉਹ ਕਮਿਟਮੈਂਟ ਘੱਟ ਹੀ ਨਜ਼ਰ ਆਉਂਦੀ, ਜਿਹੜੀ ਪੂਰੀ ਹੋ ਗਈ ਹੋਏ ਉਹ ਘੱਟ ਨਜ਼ਰ ਆਉਂਦੀ ਹੈ। ਔਰ ਇਹਦੇ ਵਿੱਚ ਇਹ ਹੈ ਕਿ ਕਮਿਟਮੈਂਟ ਜਿਹੜੀ ਹੈ ਇਹਦੇ ਰਸਤੇ 'ਚ ਕਈ ਚੀਜ਼ਾਂ ਆਉਂਦੀਆਂ ਨੇ, ਜਿਸ ਤਰ੍ਹਾਂ ਸ਼ਮਾਂ ਦੇ ਪਰਵਾਨੇ ਵਾਂਗੂ ਜਲਦੇ ਅੰਗ ਨਾ ਮੋੜੀਏ, ਉਹ ਉਹੀ ਕਿ ਵੀ ਸ਼ਮਾਂ ਨੂੰ ਤੋਂ ਜਲਣ ਦੀ ਵੀ ਖਤਰਾ ਹੁੰਦਾ ਉਹਨੂੰ, ਲੇਕਿਨ ਉਹ ਉਸ ਲਾਈਨ 'ਤੇ ਹੀ ਰਹਿੰਦਾ, ਉਸ ਤੋਂ ਫਿਰ ਹਟਦਾ ਨਹੀਂ। ਜਦੋਂ ਉਹਦੇ ਅੰਦਰ ਇਹ ਖਿਆਲ ਆ ਜਾਂਦਾ ਫਿਰ ਉਹ ਚੱਲਦਾ ਹੀ ਰਹਿੰਦਾ। ਔਰ ਜਿਹੜਾ ਇਨਸਾਨ ਦਾ ਨਫਸ ਹੈ ਉਹ ਬੜਾ ਵੱਡਾ ਇੱਕ ਹਾਥੀ ਹੈ, ਉਹਨੂੰ ਮਤਲਬ ਰਾਂਝੇ ਦੀ ਮੁਹੱਬਤ ਜਾਂ ਜਿਹੜੇ ਤੁਹਾਡੇ ਕਮਿਟਮੈਂਟ ਹੈ ਜਾਂ ਜਿਹੜੇ ਤੁਹਾਡੀ ਸੋਚ ਹੈ ਜਾਂ ਖਿਆਲ ਹੈ ਉਹਦੇ ਨਾਲ ਉਹਨੂੰ ਬੜੀ ਮੁਸ਼ਕਿਲ ਨਾਲ ਅਣਖਸ ਦੇ ਕੇ ਮੋੜਨਾ ਪੈਂਦਾ, ਵਰਨਾ ਉਹ ਜਿਹੜਾ ਨਾ ਅਗਰ ਉਹਨੂੰ ਕੋਈ ਚੀਜ਼ ਉਹਦੇ ਅੰਦਰ ਜ਼ਿਆਦਾ ਚਲੀ ਜਾਏ ਤੇ ਉਹਨੂੰ ਤਬਾਹ ਵੀ ਕਰ ਸਕਦੀ ਹੈ, ਬੜੀ ਮੁਸ਼ਕਿਲ ਨਾਲ ਉਹਨੂੰ ਰੋਕਣਾ ਪੈਂਦਾ। ਤੇ ਸ਼ਾਹ ਹੁਸੈਨ ਇਹੀ ਕਹਿੰਦਾ ਕਿ ਇਹਦੇ ਵਿੱਚ ਰਹਿੰਦੇ ਰਹਿੰਦੇ ਜਿਹੜੀ ਤੁਸੀਂ ਪ੍ਰੀਤ ਲਾਈ ਹੈ, ਜਿਹੜੀ ਤੁਹਾਡੀ ਆਪਣੇ ਨਾਲ ਕਮਿਟਮੈਂਟ ਹੈ, ਜਿਹੜੀ ਤੁਹਾਡੇ ਜਿਹਨੇ ਤੁਹਾਨੂੰ ਕੋਈ ਇੰਚੁਏਸ਼ਨ ਦਿੱਤੀ ਹੈ ਉਹਦੇ ਨਾਲ ਜਿਹੜੀ ਕਮਿਟਮੈਂਟ ਹੈ ਉਹਦੇ ਨਾਲ ਹੀ ਜੁੜੇ ਰਹੇ ਬੰਦਾ ਤੇ ਉਹ ਜ਼ਿਆਦਾ ਅੱਛਾ ਹੈ। ਜਿਹੜੀਆਂ ਵਿੱਚ ਚੀਜ਼ਾਂ ਆਉਣੀਆਂ ਨੇ ਤੁਹਾਡੇ ਨਫਸ ਨੇ ਤੁਹਾਨੂੰ ਚੀਜ਼ਾਂ ਤੇ ਹਾਵੀ ਕਰਨਾ ਉਹਨੂੰ ਤੁਹਾਡਾ, ਮੈਨੂੰ ਤੇ ਸਮਝ ਆਈ ਹੈ ਸਰ। ਇੰਟਰੋਵਰਟ ਜ਼ਿਆਦਾ ਨਜ਼ਰ ਆਇਆ ਇਹਦੇ ਚ ਕਿ ਵੀ ਉਹ ਆਪਣੇ ਨਫਸ ਜਿਹੜਾ ਨਾ ਉਹਨੂੰ ਅੱਲਾਹ ਦੀ ਤਰਫ ਜਾਂ ਆਪਣੇ ਭਗਵਾਨ ਦੀ ਤਰਫ ਜਾਂ ਆਪਣੇ ਗੁਰੂ ਦੀ ਤਰਫ ਜਾਂ ਆਪਣੇ ਇੰਚੁਏਸ਼ਨ ਦੀ ਤਰਫ ਜਿਹੜਾ ਨਾ ਉਹਦੇ ਨਾਲ ਉਹਦੀ ਕਮਿਟਮੈਂਟ ਰਹੀ ਹੈ। ਸਹੀ ਸਾਹਿਬ, ਇਹ ਜਿਹੜਾ ਤੁਸੀਂ ਵਿੱਚ ਨਫਸ ਦੇ ਸਾਰੇ ਚੀਜ਼ਾਂ ਲੈ ਆਉਂਦੇ ਹੋ ਨਾ, ਇਹ ਜਿਹੜੀ ਹੈ ਇਹ ਆਰਗਨਾਈਜ਼ਡ ਮਜ਼ਹਬ ਦੀਆਂ ਸਾਰੀਆਂ ਟਰਮਾਂ ਨੇ, ਔਰ ਇਹਨਾਂ ਤੋਂ ਬਾਹਰ ਨਿਕਲ ਕੇ ਸੋਚਣਾ ਪਏਗਾ। ਇਹ 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 ਜਿਵੇਂ ਸਕੂਲਾਂ ਦੇ ਵਿੱਚ ਮਾਸਟਰ ਸਾਨੂੰ ਪੜ੍ਹਾਉਂਦੇ ਸਨ ਨਾ, ਆਪਣਾ ਸ਼ੇਰ ਭਾਵੇਂ ਸਿੱਧਾ ਸਿੱਧਾ ਆਸ਼ਕੀ ਵਾਲਾ ਹੋਵੇ ਉਹਨਾਂ ਨੇ ਉਹਨੂੰ ਰੱਬ ਵੱਲ ਲੈ ਜਾਣਾ ਹੁੰਦਾ ਸੀ। ਤੇ ਇਹ ਜਿਹੜਾ ਹੁਣ ਤੁਸੀਂ ਸ਼ਾਹ ਹੁਸੈਨ ਦੀ ਜ਼ਿੰਦਗੀ ਵੇਖੋ ਤੇ ਸ਼ਾਹ ਹੁਸੈਨ ਤੇ ਲਾਹੌਰ ਸ਼ਹਿਰ ਵਿੱਚ ਖੁਲਮ ਖੁੱਲਾ ਹੱਥ 'ਚ ਸ਼ਰਾਬ ਲੈ ਕੇ ਫਿਰਦਾ ਸੀ ਤੇ ਆਪਣਾ ਡਾਂਸ ਕਰਦਾ ਸੀ ਤੇ ਉਹਦਾ ਮੁੰਡੇ ਦੇ ਨਾਲ ਇਸ਼ਕ ਸੀ ਮਾਧੋ ਲਾਲ ਦੇ ਨਾਲ, ਤੇ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ
ਉਹ ਉਸ ਤਰ੍ਹਾਂ ਤੇ ਨਹੀਂ ਸੋਚ ਸਕਦਾ ਨਾ ਜਿਵੇਂ ਟ੍ਰੈਡੀਸ਼ਨਲ ਜਿਵੇਂ ਟ੍ਰੈਡੀਸ਼ਨਲ ਸਪਿਰਚੁਅਲਿਸਟ ਸੋਚਦੇ ਨੇ, ਉਹ ਤੇ ਉਹਨਾਂ ਦਾ ਬਿਲਕੁਲ ਤੋੜ ਸੀ। ਮੈਂ ਤੁਹਾਨੂੰ ਨਾ ਇਹਦੀ ਮੇਰੇ ਜ਼ਿਹਨ 'ਚ ਇਹਦੀ ਇੱਕ ਮਿਸਾਲ ਆਉਂਦੀ ਹੈ ਗੱਲਬਾਤ ਕੀਤੀ ਦੀ, ਤੇ ਹਾਥੀ ਇਸ਼ਕ ਮੁਹਾਵਤ ਰਾਂਝਾ। ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਕਾਲਜ ਵਿੱਚ ਸਾਂ ਤੇ ਯੂਨੀਵਰਸਿਟੀ ਆਉਣ ਤੱਕ ਮੈਂ ਪਿਓਰ ਲਿਟਰੇਰੀ ਉਰਦੂ ਦਾ ਬੰਦਾ ਸਾਂ, ਔਰ ਸਿਆਸਤ ਜਿਹੜੀ ਹੈ ਇਹਨੂੰ ਮੈਂ ਘਟੀਆ ਚੀਜ਼ ਸਮਝਦਾ ਸਾਂ। ਜਿਹੜੇ ਲੋਕ ਮੁੰਡੇ ਸਾਡੇ ਦੋਸਤ ਸਿਆਸਤ ਦੇ ਵਿੱਚ ਹਿੱਸਾ ਲੈਂਦੇ ਸਨ ਨਾ ਕਾਲਜ ਦੀ, ਤੇ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਨਾ ਆਇਆ ਕਰੋ ਮੇਰੇ ਕੋਲ, ਤੁਹਾਡਾ ਤੁਹਾਡੇ ਨਾਲ ਮੇਰਾ ਕੋਈ ਨਹੀਂ ਹੈਗਾ। ਉਹ ਇੱਕ ਬੰਦਾ ਮੈਨੂੰ ਇੱਕ ਬੰਦੇ ਕੋਲ ਲੈ ਗਿਆ ਤੇ ਇੱਕ ਘੰਟਾ ਜਿਹੜੀਆਂ ਉਸ ਬੰਦੇ ਨੇ ਗੱਲਾਂ ਕੀਤੀਆਂ ਉਹ ਮੇਰੇ ਖਿਆਲ 'ਚ ਪੈ ਗਈਆਂ। ਫੇਰ ਸੀ ਕਿ ਉਹਨਾਂ ਨੂੰ ਨਿਭਾਉਣਾ ਕਿਵੇਂ ਆ, ਤੇ ਉਸ ਨਿਭਾਉਣ ਦੇ ਵਿੱਚ ਬੜੇ ਬੜੇ ਖਤਰੇ, ਬੜੇ ਬੜੇ ਜੇਲਾਂ, ਬੜੀ ਬੜੀਆਂ ਔਖਤਾਂ ਆਈਆਂ। ਤੇ ਜਿਹੜਾ ਹਾਥੀ ਇਸ਼ਕ ਮੁਹਾਵਤ ਰਾਂਝੇ, ਜਿਵੇਂ ਤੁਹਾਨੂੰ ਉਸੇ ਜ਼ਮਾਨੇ ਦੀ ਇੱਕ ਮਿਸਾਲ ਦੱਸਣਾ, ਉਹ ਮੈਨੂੰ ਕਿਸੇ ਨੇ, ਮੈਂ ਬੰਦੇ ਲੱਭ ਰਿਹਾ ਸਾਂ ਆਪਣਾ ਗਰੁੱਪ ਬਣਾਉਣ ਲਈ, ਤੇ ਉਹ ਮੈਨੂੰ ਕਿਸੇ ਨੇ ਕਿਹਾ ਕਿ ਇੱਕ ਮੁੰਡਾ ਹੈਗਾ ਉਹ ਇੱਕ ਹੱਥ ਵਿੱਚ ਮਾਰਕਸ ਦੀ ਕਿਤਾਬ ਰੱਖਦਾ ਤੇ ਦੂਜੇ ਹੱਥ ਵਿੱਚ ਪਿਸਤੌਲ ਰੱਖਦਾ, ਤੇ ਉਹ ਮੈਂ ਉਹਦੇ ਕਮਰੇ 'ਚ ਪਹੁੰਚ ਗਿਆ ਤੇ ਉਹ ਇਹ ਕਹਿੰਦਾ ਸੀ ਕਿ ਬਸ ਇਸ ਪਿਸਤੌਲ ਦੇ ਨਾਲ ਮੈਨੂੰ ਕੁਛ ਹੋਰ ਬੰਦੇ ਦੇ ਦਿਓ ਪਿਸਤੌਲਾਂ ਵਾਲੇ ਤੇ ਮੈਂ ਇਨਕਲਾਬ ਲੈ ਲਵਾਂਗਾ। ਅੱਛਾ, ਉਹਨੂੰ ਸਮਝਾਉਂਦਿਆਂ ਸਮਝਾਉਂਦਿਆਂ ਕਈ ਦਿਨ ਲੱਗ ਗਏ ਕਿ ਯਾਰ ਇਹ ਤੂੰ ਫਿਲਹਾਲ ਬੰਦੂਕ ਰੱਖ ਦੇ ਤੇ ਇਹਦੀ ਜਦੋਂ ਲੋੜ ਪਏਗੀ ਫਿਰ ਉਸ ਵੇਲੇ ਵਰਤਾਂਗੇ। ਸੋ ਮਤਲਬ ਉਹਦਾ ਉਹ ਇਸ਼ਕ ਦੇ ਹਾਥੀ ਤੇ ਚੜ ਗਿਆ ਸੀ, ਪਰ ਉਹ ਅਜੇ ਉਹਦੇ ਕੋਲੋਂ ਰਾਂਝੇ ਵਾਲਾ ਸ਼ੋਰ ਨਹੀਂ ਸੀ ਹੈਗਾ ਕਿ ਇਹ ਮੇਰੀ ਜਿਹੜੀ ਬੰਦੂਕ ਹੈ ਇਹਦਾ ਅਜੇ ਕੋਈ ਬਣਦਾ ਨਹੀਂ ਹੈ ਗੱਲ। ਤੋ ਮਤਲਬ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਜੋ ਕੁਛ ਹੋਇਆ ਮੈਂ ਉਹਦੇ ਥਰੂ ਵੀ ਇਹ ਸਾਰੀ ਕਾਫੀ ਜਿਹੜੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੈ। ਮੈਂ ਥੋੜ੍ਹੀ ਜਿਹੀ ਵਜ਼ਾਹਤ ਕਰਦਾ, ਜਿਹੜਾ ਮੈਂ ਕਿਹਾ ਸੀ ਨਾ ਨਫਸ, ਉਹ ਮਜ਼ਹਬੀ ਨਫਸ ਨਹੀਂ ਸੀ, ਮੈਂ ਕਿਹਾ ਉਹ ਸੀ ਲਿਵ ਬਾਈ ਯੋਰ ਸੈਲਫ, ਜਿਹੜਾ ਤੁਹਾਡਾ ਜ਼ਿੰਦਗੀ ਹੈ ਨਾ ਉਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਜ਼ਿੰਦਾ ਰਹੋ, ਜਿਹੜੀ ਤੁਹਾਡੀ ਇੰਟੂਇਸ਼ਨ ਹੈ ਉਹਦੇ ਮੁਤਾਬਿਕ ਰਹੋ। ਉਹੀ ਸੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਨਫਸ ਤੋਂ ਮੇਰਾ ਮਜ਼ਹਬ ਹੀ ਨਹੀਂ ਸੀ। ਨਹੀਂ, ਨਫਸ ਦਾ ਤਾਂ ਨਫਸ ਦੀ ਜੇ ਟਰਮੀਨੋਲੋਜੀ ਉਹ ਆਪਣੀ ਉਹਦੇ ਮੈਨੇ ਉਹ ਹੀ ਜਿਹੜੇ ਮੁਕਰਰ ਹੋਏ ਨੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਤੁਹਾਡੀ ਵਜੂਦ ਦੀ ਜੋ ਅਸਰ ਹੈ ਉਹਦੇ ਤੇ ਰਹਿਣਾ ਤੁਸੀਂ, ਉੱਥੇ ਕਾਇਮ ਰਹਿਣਾ, ਜੋ ਤੁਹਾਨੂੰ ਖਿਆਲ ਆ ਗਿਆ ਉਹਦੇ ਮੁਤਾਬਿਕ ਲਿਵ ਬਾਈ ਯੋਰ ਸੈਲਫ, ਡੋਨਟ ਕੇਅਰ ਅਬਾਊਟ ਐਨੀਥਿੰਗ। ਹਾਂ, ਮਤਲਬ ਇਵੇਂ ਗੱਲ ਜਿਹੜੀ ਉਹ ਫਿਰ ਸਹੀ ਹੋ ਜਾਂਦੀ ਹੈ ਤੁਹਾਡੀ। ਇੱਕ ਮੈਂ ਜਦੋਂ ਆਈ ਵਾਸ ਜਦ ਮੇਰਾ ਵੈਨ ਵੀ ਗੋਟ ਆਫ ਦਾ 에ਅਰ, ਉਹ ਇੱਕ ਹੋਰ ਮੈਂ ਗੱਲ ਕਹਿਣਾ ਚਾਹੁੰਦੀ ਸੀ ਜਿਹੜੀ ਹੈਗੀ ਨਾ, ਸ਼ਮਾ ਦੇ ਪਰਵਾਨੇ ਵਾਂਗੂ ਜਲਦੇ ਅੰਗ ਨਾ ਮੋੜੀਏ। ਜਿਹੜਾ ਪਰਵਾਨਾ ਹੁੰਦਾ ਹੈ ਉਹ ਜਦ ਸ਼ਮਾ ਵੱਲ ਜਾਂਦਾ ਹੈ ਉਹ ਨੋਇੰਗਲੀ ਜਾਂਦਾ, ਉਹ ਖੁਸ਼ੀ ਖੁਸ਼ੀ ਜਾਂਦਾ, ਉਹਨੂੰ ਆਪਣਾ ਅੰਤ ਵੀ ਪਤਾ ਹੁੰਦਾ। ਸੋ ਹੀ ਇਜ਼ ਕਮਿਟਿਡ, ਉਹਦੀ ਫੁੱਲ ਕੌਨਸ਼ੀਅਸਨੈਸ ਨਾਲ ਉਹ ਕਮਿਟ ਹੁੰਦਾ, ਔਰ ਇਹ ਹੀ ਇਜ਼ ਨੋਟ ਅਨਹੈਪੀ ਅਬਾਊਟ ਇਟ, ਉਹਨੂੰ ਆਪਣਾ ਅੰਤ ਵੀ ਪਤਾ ਆ ਪਰ ਉਹ ਜਾਂਦਾ ਉਹਦੇ ਵੱਲ, ਹੀ ਕਮਿਟਸ ਹਿਮਸੈਲਫ ਟੂ ਦੈਟ ਸ਼ਮਾ। ਸੋ ਇਹ ਇੱਕ ਛੋਟਾ ਜਿਹਾ ਪੁਆਇੰਟ ਲਿਆਉਣਾ ਚਾਹੁੰਦੀ ਸੀ ਕਿ ਜ਼ਰੂਰੀ ਨਹੀਂ ਹੁੰਦਾ ਕਿ ਵੀ ਉਹ ਔਖਾ ਸੌਖਾ ਉੱਥੇ ਕਿ ਜਲ ਰਿਹਾ ਕਿ ਵੀ ਮੁਸੀਬਤ ਦਾ ਮਾਰਿਆ ਜਲ ਰਿਹਾ, ਨੋਟ ਰੀਅਲੀ, ਹੀ ਉਹ ਨੋਇੰਗਲੀ ਜਾਂਦਾ ਹੈ, ਉਹਨੇ ਆਪਣੀ ਜੋ ਵੀ ਕਮਿਟਮੈਂਟ ਕੀਤੀ ਹੈ ਉਹਨੂੰ ਪਤਾ ਹੈ ਕਿ ਮੈਂ ਸੜਨਾ ਆ, ਕਿ ਮੈਂ ਆਪਣੇ ਆਪ ਨੂੰ ਤਬਾਹ ਫਨਾ ਕਰਕੇ ਹੀ
अपनी मंजिल तक पहुंचना, वो इस गल नू नोइंगली और खुशी खुशी इस चीज नू इख्तियार करदा। ए थोड़ी जी गल मैं उदों इन द मिडल भुल गई सी। ओ जिस बंदे जी मैं तुहानू गल दस रहा सा ना, ओ जिहड़ा जिने मोढ़े ते बंदूक रखी सी ते ओ मूवमेंट तकरीबन खत्म हो गई, ते कोई दो तीन साल पहले उसकी डेथ हुई, तो उसकी डेथ तो एक दो साल पहले मैं उन्हें मिलिया, ते उन्हें एक बड़ा दिलचस्प गल कही। कहिंदा रुलते गए हैं पर चस बड़ी आई है। क्या बात है, बस आही परवाने और शम्मा वाली गल है, यही गल, एग्जैक्टली द सेम थिंग। वाह डॉक्टर साहब, कि असी रोलते गए हैं पर चस बड़ी आई है, रोलने की भी मजा। हाँ जी, रोलन च ओदा ओदे लिए मजा है जेड़ा कॉन्शियस है रोलन वास्ते, जेड़ा जिन्हों नहीं पता वो ते रोंदा पिटदा मर गए मर गए। कमिटेड नहीं ना? हाँ जी, कमिटमेंट नहीं। मैं एक छोटी जी गल अपनी करना के मैं जिस वेले झूठा सच दा पंजाबी दे विच ट्रांसलेशन की थी, उलथा कीता, ते मैनू बड़िया ऑफर आईया कि यार उर्दू च भी कर दे, उर्दू च ही कर दे, और मैनू बकायदा ओदे वास्ते पैसे देने नूं भी तैयार सन कि तू पंजाबी ते कर दिता है, कोई औखा काम नहीं हैगा, ते इनू ते मैं कह नहीं, मैं नहीं करना, किसी होर तो करवाओ, मैं पंजाबी च लिखा। That's it. Commitment. हाँ जी, commitment है ना। मैं नहीं उर्दू च नहीं लिखना, मैं पंजाबी च विच लिखना। हालांकि मेरी पहली जेड़ी कहानी कॉलेज के जमाने च मैं वह लभनी चाहना वा, अगर मैं पाया पाकिस्तान इस्लामिया कॉलेज के विच क्रिसेंट रसाला चलता सी, उन्हां दा मंजूर साहब नूं तो पता होगा, सूरत बुखारी साढ़े है सानूं उर्दू एडवांस दे प्रोफेसर, और उन्होंने उहदी करैक्शन कीती सी, जिहड़ा पहला उर्दू दे विच मैं कहानी लिखी सी, उहदे बाद दैट्स इट उहदे छपिया। मैं उहनूं एज ए रखना चाहना, अगर मैं कहा तो मैं मिल गया तो मैं उन कॉलेज दे मैगजीन दा सब एडिटर सा, ते फिर जदों मैं बीए च आ गया ते मैं उहदा एडिटर सा। अच्छा, ते ओ मौजूद ने रसाले उत्थे। मैं कोशिश करांगा कि एक ओदी कापी मिल जाए ते सांभ ही जाए। हां जी, मैं थोड़ी गल करा जी के जी जी काफी जड़ी है, मैं जे शाह हुसैन दी पर्सनल लाइफ दे बारे भी सोचा जावे, उना दी माधुलाल दे नाल ते उना दे प्यार मुहब्बत की गल, उन्होंने मेरा ख्याल है वियोग दे विच जा अपने दिल दे विच ही शाह हुसैन दे स्ट्रगल हैगी आ कि जो उन्हें छड़ के चल गए ने कि जड़ी एक बारी गल हो गई उन्हें निभाना चाहिदा, पिछे नहीं मुड़ना चाहिदा, यह अपनी इंटरनल कॉन्फ्लिक्ट भी उन्होंने उस रिलेशनशिप दे विच इस काफी विच मेरा ख्याल फिट हुंदा काफी, वो अपने आप नू यही कह रहे हैं कि मैनू पूरा करना चाहिए, मेरे रांझा जिहड़ा कि माधव लाल नू रांझा कह सकते हैं, उन्हें मैनू इस तरह जिंदगी विच कीता, डायरेक्शन दिती है, और छड़ना नहीं चाहिए, मेरे को उन्हें इंटर परसनल स्ट्रगल भी कह सकते हैं इस रिलेशनशिप के विच। पिछली बारी भी मंजूर साहब ने कहा सी कि जिहड़ी परसनल जिहड़े एक्सपीरियंस ने
ਉਹ ਜਿਹੜੇ ਇਸ ਤਰ੍ਹਾਂ ਦੇ ਇੰਟਲੈਕਚੁਅਲ ਔਰ ਲਿਖਣ ਵਾਲੇ ਨੇ ਉਹਨੂੰ ਉਸ ਹਿਸਾਬ ਨਾਲ ਲਿਖਦੇ ਨੇ ਕਿ ਉਹ ਇੱਕ ਯੂਨੀਵਰਸਲ ਬਣ ਜਾਂਦਾ, ਉਹਨੂੰ ਆਪਣੀ ਜ਼ਾਤ ਨਾਲ ਰਿਲੇਟ ਹੀ ਨਹੀਂ ਕਰਦੇ, ਉੱਥੋਂ ਤੱਕ ਹੀ ਮਹਿਦੂਦ ਨਹੀਂ ਰੱਖਦੇ, ਉਹਦਾ ਹੱਦ ਬੰਨਾ ਉਹ ਨਹੀਂ ਬਣਾਉਂਦੇ, ਉਹ ਐਸਾ ਖੁੱਲ੍ਹਾ ਹੁੰਦਾ। ਪਿਛਲੀ ਕਾਫੀ ਤਾਂ ਮੈਨੂੰ ਯਾਦ ਨਹੀਂ ਕਿ ਕਿਹੜੀ ਸੀ। It was the Udaas one. I remember as the Udaas one. Everybody was sad afterwards. ਜਿਹੜਾ ਮੈਂ ਇੱਕ ਵਾਰ ਪਹਿਲਾਂ ਵੀ ਇੱਕ ਹੋਰ ਸੰਗਤ ਇੱਕ ਵਾਰ ਮੈਂ ਪਹਿਲਾਂ ਵੀ ਇਹ ਗੱਲ ਆਖੀ ਸੀ ਕਿ ਅਸੀਂ ਹਮੇਸ਼ਾ ਇਹ ਭੁੱਲ ਜਾਂਦੇ ਹਾਂ ਕਿ ਵੀ ਭਾਵੇਂ ਕਿੱਡਾ ਵੱਡੇ ਤੋਂ ਵੱਡਾ ਵੀ ਸ਼ਾਇਰ ਆ ਜਾਂ ਕੋਈ ਵੀ ਹੈ, ਉਹ ਆਖਿਰ ਤੇ ਇਨਸਾਨ ਹੈ ਜੀ। ਕਦੇ ਨਾ ਕਦੇ ਤੇ ਉਹਦੀ ਜਿਹੜੀ ਆਪਣੀ ਜ਼ਿੰਦਗੀ। ਅੱਛਾ, ਅਨਦਰ ਥਿੰਗ ਇਜ਼ ਕਿ ਤੁਸੀਂ ਆਪਣੇ ਤਜਰਬਾਤ ਤੋਂ ਸਿੱਖਦੇ ਹੋ ਨਾ, ਤੁਹਾਡੇ ਜਿਹੜੇ ਖੁਦ ਦੇ ਤਜਰਬੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਹੀ ਦੈਨ ਉਹਦੇ ਨਾਲ ਤੁਹਾਡੀ ਜਿਹੜੀ ਹੁੰਦੀ ਹੈ ਇੰਟੂਸ਼ਨ ਜ਼ਿਆਦਾ ਵੱਧਦੀ ਹੈ ਕਿ ਵੀ ਦੂਜਿਆਂ ਦੇ ਨਾਲ ਵੀ ਕੀ ਹੋ ਰਿਹਾ। ਤੁਹਾਡੇ ਆਪਣੇ ਤਜਰਬਾ ਵੀ ਇਜ਼ ਲਾਈਕ ਅ ਸੀਡ, ਉੱਥੋਂ ਹੀ ਅੱਗੇ ਤੁਹਾਡੇ ਵੱਡੀਆਂ ਜਿਹੜੇ ਖਿਆਲਾਤ ਹੁੰਦੇ ਨੇ ਉਹ ਉੱਗਰ ਕੇ ਆਉਂਦੇ ਨੇ। ਦੇਖੋ ਜੀ, ਗੱਲ ਇਹ ਹੈਗੀ ਆ ਕਿ ਪਹਿਲੀ ਤੇ ਕ੍ਰੋਨੋਲੋਜੀਕਲੀ ਸ਼ਾਹ ਹੁਸੈਨ ਜਿਹੜਾ ਉਹ ਸ਼ਾਹ ਹੁਸੈਨ ਬਣ ਚੁੱਕਿਆ ਸੀ ਮਾਧੋ ਲਾਲ ਨੂੰ ਮਿਲਣ ਤੋਂ ਪਹਿਲੇ, ਅਜੇ ਮਾਧੋ ਲਾਲ ਉਹਦੀ ਜ਼ਿੰਦਗੀ ਚ ਨਹੀਂ ਸੀ ਆਇਆ। ਉਹ ਉਸ ਤੋਂ ਬਹੁਤ ਪਹਿਲੇ ਜਿਹੜਾ ਉਹ ਆਪਣਾ ਇਹ ਜਿਹੜਾ ਮਜ਼ਮ ਨੂੰ ਛੱਡ ਕੇ ਤੇ ਉਹ ਠੂਠਾ ਪੀਣ ਲੱਗ ਪਿਆ ਸੀ ਤੇ ਵਾਲ ਭਰਵੱਟੇ ਮਨਾਉਂਦਾ ਸੀ, ਤੇ ਇਹ ਤੇ ਉਸ ਤੋਂ ਪਹਿਲੇ ਹੋ ਚੁੱਕਿਆ ਸੀ। ਇੱਕ ਤੇ ਇਹ ਗੱਲ ਹੈਗੀ ਹੈ, ਤੇ ਦੂਸਰੀ ਗੱਲ ਹੈਗੀ ਹੈ ਕਿ ਜੇ ਮੁੰਡੇ ਦੇ ਨਾਲ ਇਸ਼ਕੀ ਸਾਰੀ ਵਜ੍ਹਾ ਹੋਵੇ ਤੇ ਹਰ ਜਿਹੜਾ ਗੇ ਆਦਮੀ ਆ ਉਹ ਸ਼ਾਹ ਹੁਸੈਨ ਹੋ ਜਾਏ। ਮੈਂ ਤੇ ਤੁਹਾਨੂੰ ਅੱਜ ਫਿਰ ਕਹਾਂਗਾ, ਪਹਿਲੇ ਵੀ ਕਈ ਵਾਰੀ ਕਿਹਾ ਕਿ ਮੈਂ ਸਾਰੇ ਜਿਹੜੇ ਵੱਡੇ ਪੋਇਟਸ ਨੇ ਦੁਨੀਆ ਦੇ ਉਹਨਾਂ ਸਾਰਿਆਂ ਦੀ ਜਿਹੜੀ ਬਾਇਓਗ੍ਰਾਫੀਜ਼ ਨੇ ਉਹ ਮੈਂ ਦੇਖੀਆਂ ਨੇ, ਕਿਉਂਕਿ ਮੈਂ ਗਾਲਿਬ ਦੇ ਉੱਤੇ ਕਿਤਾਬ ਲਿਖ ਰਿਹਾ ਸਾਂ, ਤੇ ਮੈਨੂੰ ਤੇ ਉਹਦੇ ਵਿੱਚ ਲੱਗਾ ਕਿ ਜਿਹੜੇ ਵੱਡੇ ਸ਼ਾਇਰ ਨੇ ਉਹਨਾਂ ਦੀ ਜ਼ਾਤੀ ਜ਼ਿੰਦਗੀ ਜਿਹੜੀ ਹੈ ਉਹਦਾ ਕੋਈ ਤਲਕ ਨਹੀਂ ਹੁੰਦਾ। ਉਹਨਾਂ ਦੀ ਜਿਹੜੀ ਗ੍ਰੇਟ ਕ੍ਰੀਏਟਿੰਗ ਪਾਵਰ ਹੁੰਦੀ ਹੈ, ਮਿਸਾਲ ਦੇ ਤੌਰ 'ਤੇ ਗਾਲਿਬ ਹੈ, ਗਾਲਿਬ ਤਾਂ ਇਸ਼ਕ ਨੂੰ ਔਰਤ ਦੇ ਇਸ਼ਕ ਨੂੰ ਮੰਨਦਾ ਹੀ ਨਹੀਂ ਸੀ। ਸਰ ਜੀ, ਜਿੱਦਾਂ ਗਾਲਿਬ ਦਾ ਜਦੋਂ ਪੁੱਤਰ ਮਰਦਾ ਆ ਇੱਕ, ਉਹ ਬੜਾ ਸੈਡ ਹੋ ਜਾਂਦਾ ਤੇ ਉਹਨੇ ਬੜੀ ਉਹ ਫੇਮਸ, ਮੈਂ ਤੁਹਾਨੂੰ ਤਾਂ ਯਾਦ ਹੋ ਗਈ, ਕੋਈ ਨਾ ਕੋਈ ਤੁਹਾਡੀ ਆਪਣੀ ਪਰਸਨਲ ਐਕਸਪੀਰੀਅੰਸ ਦੀ ਡਾਕਟਰ ਸਾਹਿਬ, ਕੋਈ ਨਾ ਕੋਈ ਇੱਕ ਮਤਲਬ ਮੈਂ ਕਹਿੰਦੀ ਕਿ ਤੁਹਾਡੇ ਤੇ ਪਹਾੜ ਡਿੱਗਦਾ ਆ, ਪਰ ਕੰਡਾ ਜ਼ਰੂਰ ਚੁੱਭਦਾ ਜਿੱਥੋਂ ਤੁਹਾਡੀ ਸੋਚ ਰਵਾਨਗੀ ਲੈ ਸਕਦੀ। ਨਹੀਂ, ਉਹ ਹਰ ਬੰਦੇ ਨੂੰ ਚੁੱਭਦਾ ਹੈ, ਮਾੜੇ ਨੂੰ ਵੀ ਚੁੱਭਦਾ ਹੈ, ਵੱਡੇ ਨੂੰ ਵੀ ਚੁੱਭਦਾ ਹੈ, ਤਗੜੇ ਨੂੰ ਵੀ ਚੁੱਭਦਾ ਹੈ। ਪਰ ਜਿਹੜੀ ਇੱਕ ਲੋਕਾਂ ਦੇ ਵਿੱਚ ਟੈਂਡੈਂਸੀ ਹੈ ਨਾ ਕਿ ਉਹ ਸ਼ਾਇਰ ਦੀ ਸ਼ਾਇਰੀ ਨੂੰ ਉਹਦੇ ਜ਼ਿੰਦਗੀ ਦੇ ਵਾਕਿਆਤ ਨਾਲ ਜੋੜ ਕੇ ਤੇ ਦੇਖਦੇ ਨੇ। ਜਿਵੇਂ ਵਾਰਿਸ ਸ਼ਾਹ ਨੇ ਕਈ ਜਗ੍ਹਾ ਤੇ ਭਾਗ ਭਰੀ ਦਾ ਜ਼ਿਕਰ ਕੀਤਾ ਹੈ, ਵਾਰਿਸ ਸ਼ਾਹ ਨੂੰ ਮਾਰਨਾ ਭਾਗ ਭਰੀਏ ਅਨੀ ਮਨੁੱਸ ਦੀ ਪਿਆਰੀਏ ਵਾਸਤਾ ਹੀ। ਇਸ ਤਰ੍ਹਾਂ ਭਾਗ ਭਰੀ ਦੇ ਹੋਰ ਵੀ ਕਈ ਥਾਂ ਤੇ ਵਾਰਿਸ ਸ਼ਾਹ ਨੇ ਵਰਤਿਆ, ਤੇ ਉਹਦੇ ਤੋਂ ਲੋਕਾਂ ਇਹ ਕਹਾਣੀ ਬਣਾ ਲਈ ਕਿ ਭਾਗ ਭਰੀ ਇੱਕ ਕੁੜੀ ਸੀਗੀ ਜੱਟਾਂ ਦੀ, ਰਾਜਪੂਤਾਂ ਦੀ ਤੇ ਬਲੋਚਾਂ ਦੀ, ਤੇ ਉਹ ਉਹਦੇ ਉੱਤੇ ਆਸ਼ਿਕ ਹੋ ਗਿਆ ਤੇ ਉਹਦੇ ਭਰਾਵਾਂ ਨੇ ਉਹਨੂੰ ਵਿਆਹ ਦਿੱਤਾ, ਤੇ ਉੱਥੇ ਫਿਰ ਉਹ ਇਸ ਵਜ੍ਹਾ ਤੋਂ ਉਹ ਮੁਸੀਤੇ ਵਿਆਹ ਕੇ ਲਿਖਣ ਲੱਗ ਪਿਆ। ਉਹ ਯਾਰ ਛੱਡੋ ਇਹ ਗੱਲਾਂ ਨੇ, ਉਹ 6 ਮਹੀਨੇ ਪਹਿਲੇ ਉੱਥੇ ਟਿਕਣ ਤੋਂ ਪਹਿਲੇ 1 ਸਾਲ ਪੂਰਾ ਉਹ
अपना बाबा फरीद दी दरगाह दे उत्ते चिल्ला कट के आया सी। इसलिए ये जिहड़ी जाती वाकियात दे थ्रू जिहड़ी तुसी इंटरप्रिटेशन करदे हो ना, मतलब कम अज कम मैं उहदे नाल सहमत नहीं है। डॉक्टर साहब ये कोई ऑल और नन लॉ नहीं हैगा इन द सेंस, आई मीन माजरा चाहनी हाँ, बट द थिंग इज के भाई आफ्टर ऑल ये कोई आमद ते हुंदी नहीं, किते ना किते ये वाकया किसे ते, मतलब के नॉट आई एम सेइंग के भी वो पूरा पूरा सीन ही उथे फिल्म ओदे ते बनी हुंदी है, पर मेरा मतलब है कहन दा कि जब तुसी जिंदगी तो दुनिया तो गुजर के जांदे हो तुहाडे अपने ते नहीं हुंदी है, किसे होर ते तुसी देखदे हो, आई मीन तुहाडे एक्सपीरियंसेस ही ने जिहड़े कि तुसी लिखदे हो, आम बंदे नालों वध जो तुसी नतीजा कढ़दे हो या सोचदे हो, वो एक सुन लो ना गल, वो जिहड़ा ना वो ਤੁਸੀ ਓਹਨੂੰ ਯੂਨੀਵਰਸਲ ਰਿਐਲਿਟੀ ਦੇ ਦੇ ਐਂਗਲ ਤੋਂ ਫਿਰ ਦੇਖਣਾ ਸ਼ੁਰੂ ਕਰਦੇ ਹੋ। ਬਾਕੀ ਹਰ ਬੰਦਾ ਸਵੇਰੇ ਉੱਠਦਾ ਹੈ, ਮੂੰਹ ਧੋਂਦਾ ਹੈ, ਰੋਟੀ ਖਾਂਦਾ ਹੈ, ਪੁੱਛਿਆ ਉਸ ਵੇਲੇ ਵਾਲੇ ਸ਼ਾਹ ਤੇ ਨਮਾਜ਼ਾਂ ਵੀ ਪੜ੍ਹਦਾ ਸੀ ਤੇ ਫਿਰ ਰਾਤ ਨੂੰ ਸੌਂ ਜਾਂਦਾ ਹੈ, ਲਿਖਦਾ ਹੈ ਤੇ ਸੌਂ ਜਾਂਦਾ ਹੈ, ਤੇ वैसे मैं भी इहदे बारे च करना कि किसे ना किसे हवाले नाल उहनू इशारा वाकया तो मिलदा है, ते फिर वो उन जिस तरह तुसी कहा कि यूनिवर्सल हिसाब नाल, मैं पहले भी कहा सी कि उहदा हाथ बंदा नहीं रखता जद तक तुहानू परसनल किते कंडा नहीं चुभदा, ਤੁਸੀਂ ਆਮ ਬੰਦੇ ਦੀ ਤਰ੍ਹਾਂ ਲੱਗੇ ਫਿਰਦੇ ਪਰਵਾਹੀ ਕੋਈ ਨਹੀਂ। ਲੇਕਿਨ ਇਹ ਜਿਹੜੇ ਲੋਕ ਨੇ ਇਹ ਵੀ ਇਹਨਾਂ ਦੇ ਜ਼ਿੰਦਗੀ ਦੇ ਐਕਸਪੀਰੀਅੰਸ ਤੇ ਹੁੰਦੇ ਨੇ ਨਾ, ਕਿਉਂਕਿ ਅਗਰ ਸ਼ਾਹ ਹੁਸੈਨ ਨੂੰ ਲਿੱਤਾ ਜਾਏ ਤੇ ਇਹ ਕਿਉਂ ਇੱਧਰ ਆਇਆ, ਇਸ ਪਾਸੇ ਕਿਉਂ ਆਇਆ, ਇਹ ਉਹਦੀ ਜ਼ਿੰਦਗੀ ਦੇ ਵਿੱਚ ਉਹ ਵੇਖ ਰਿਹਾ ਸੀ, ਐਕਸਪੀਰੀਅੰਸ ਕਰ ਰਿਹਾ ਸੀ, ਤੇ ਉਹਨੇ ਕਿਹਾ ਕਿ ਨਹੀਂ ਮੈਂ ਇਸ ਜੋ ਕੁਛ ਟ੍ਰੈਡੀਸ਼ਨ ਚੱਲਦੀ ਪਈ ਹੈ ਇਹ ਗਲਤ ਹੀ, ਔਰ ਉਸ ਨੂੰ ਮੰਨ ਕੇ ਔਰ ਉਹਨੂੰ ਕਮਿਟਮੈਂਟ ਕਰਕੇ ਇੱਧਰ ਆਇਆ। ਮੰਟੋ ਦੀਆਂ ਕਹਾਣੀਆਂ ਦੇਖ ਲਓ, ਕਿਸੇ ਦੇ ਵੀ ਕਿਸੇ ਦਾ ਵੀ ਦੇਖ ਲਓ, ਉਹਨਾਂ ਕੋਲ ਕਿਤੇ ਨਾ ਕਿਤੇ ਛੋਟਾ ਜਿਹਾ ਐਕਸਪੀਰੀਅੰਸ ਹੈਗਾ, ਉਹਨਾਂ ਨੇ ਵੇਖਿਆ ਹੈ ਵਾਕਿਆ ਜਾਂ ਉਹਨਾਂ ਨੇ ਸੁਣਿਆ ਹੈ ਜਾਂ ਉਹਨਾਂ ਨੇ ਮਹਿਸੂਸ ਕੀਤਾ, ਉਹਨੂੰ ਉਹਨਾਂ ਨੇ ਐਕਸਪਲੇਨ ਕਰ ਦਿੱਤਾ ਦੁਨੀਆ ਦੇ ਸਾਹਮਣੇ। ਬਾਈ ਦਾ ਵੇ, ਬਾਈ ਦਾ ਵੇ ਅਸਮਤ ਚੁਗਤਾਈ ਤੇ ਮੰਟੋ ਦੀ ਬੀਵੀ ਜਿਹੜੀ ਹੈ ਉਹਦੀ ਉਹਨਾਂ ਜ਼ਮਾਨੇ ਚ ਕਾਲੀ ਸਲਵਾਰ ਜਾਂ ਕਿਹੜੀ ਕਹਾਣੀ ਛਪੀ ਸੀ ਜੀ ਜਾਂ ਜੋ ਵੀ ਸੀ, ਤੇ ਉਹ ਅਸਮਤ ਚੁਗਤਾਈ ਨੇ ਤੇ ਉਹਨੇ ਉਹਦੀ ਬੀਵੀ ਨੇ ਉਹਦਾ ਬਹੁਤ ਮਜ਼ਾਕ ਉਡਾਇਆ ਜੀ। ਉਹਨੂੰ ਮੰਡਲ ਨੂੰ ਕਹਿਣ ਲੱਗੀਆਂ ਕਿ ਤੂੰ ਕਦੀ ਚਕਲਾ ਦੇਖਿਆ ਵੀ ਹੈ ਅੱਜ ਤੱਕ? ਤੂੰ ਤਾਂ ਦੇਖਿਆ ਹੀ ਕਦੀ ਨੀ ਅੱਜ ਤੱਕ। ਕਿਸੇ ਚੀਜ਼ ਨੂੰ ਓਬਜ਼ਰਵ ਕਰਨਾ ਔਰ ਓਹਨੂੰ ਬਿਆਨ ਕਰ ਦੇਣਾ ਇਹ ਦੋ ਅਲੱਗ ਅਲੱਗ ਆਰਟ ਨੇ, ਕਿ ਹਰ ਇੱਕ ਚੀਜ਼ ਫੀਲ ਹੁੰਦੀ ਹੈ। ਹੁਣ ਜਿੱਦਾਂ ਸ਼ਾਇਰੀ ਆ, ਉਹ ਉਹਨੇ ਐਸੇ ਤਰੀਕੇ ਨਾਲ ਸ਼ੇਰ ਦੋ ਲਾਈਨਾਂ 'ਚ ਪੜ੍ਹ ਦਿੱਤਾ ਕਿ ਉਹ ਕਹਿ ਦਿੰਦੇ ਅਸੀਂ ਕਿ ਮੇਰੇ ਦਿਲ ਦੀ ਗੱਲ ਤੁਸੀਂ ਕਹਿ ਦਿੱਤੀ ਜੋ ਮੈਂ ਨਹੀਂ ਕਹਿ ਸਕਿਆ ਸੀ। ਇੱਕ ਪਾਸੇ ਆਰਟ ਹੈਗਾ ਜਿਹਦੇ ਨਾਲ ਕ੍ਰੀਏਟਿਵਿਟੀ ਹੁੰਦੀ ਆ, ਦੂਜੇ ਪਾਸੇ ਫੀਲਿੰਗਸ ਆ ਜਾਂ ਓਬਜ਼ਰਵੇਸ਼ਨ ਹੈ।
ਇਹਨਾਂ ਦੋਹਾਂ ਦੇ ਵਿੱਚ ਅਲੱਗ ਅਲੱਗ ਇਹ ਸਕਿੱਲਸ ਨੇ, ਆਬਜ਼ਰਵੇਸ਼ਨ ਪ੍ਰੋਬਲਮ ਦੀ ਹਰ ਇੱਕ ਨੂੰ ਹੁੰਦੀ ਹੈ, ਸ਼ਾਰਾ ਨੂੰ ਵੀ ਹੁੰਦੀ ਹੈ ਤੇ ਦੁਨੀਆ ਵਿੱਚ ਸਮਾਜ ਦੇ ਵਿੱਚ ਵੀ ਹੁੰਦੀ ਹੈ, ਪਰ ਉਸ ਗੱਲ ਨੂੰ ਕਹਿ ਦੇਣਾ, ਅੱਗੇ ਸਾਹਮਣੇ ਰੱਖ ਦੇਣਾ, ਪੁਆਇੰਟ ਬਣਾ ਕੇ ਕਲੀਅਰਲੀ ਤੁਹਾਡੇ ਦਿਲ ਦੇ ਉੱਤੇ ਛੱਡ ਦੇਣਾ, ਉਹ ਆਰਟ ਹੈ। ਉਹਦੇ ਵਿੱਚ ਮੇਰਾ ਖਿਆਲ ਹੈ ਸ਼ਾਇਰ ਆਉਂਦੇ ਨੇ। ਇਹ ਦੋ ਅਲੱਗ ਚੀਜ਼ਾਂ ਨੇ ਮੇਰਾ ਖਿਆਲ ਹੈ। ਚਲੋ ਠੀਕ ਹੈ, ਤੇ ਮੇਰਾ ਖਿਆਲ ਹੈ ਚਲੋ ਅੱਜ ਫਿਰ ਮੁਕਾਉਂਦੇ ਹਾਂ। ਨਹੀਂ ਸਰ ਜੀ, ਇੱਕ ਗੱਲ ਪਲੀਜ਼ ਪਲੀਜ਼ ਪਲੀਜ਼, ਹੁਣ ਜਿਹੜੇ ਜਿਹੜੇ ਹੁੰਦੇ ਨੇ ਸ਼ਾਇਰ ਜਾਂ ਤੁਹਾਡੀ ਗੱਲ, ਮੈਂ ਤੁਹਾਨੂੰ ਲੈਟਸ ਸੀ ਤੁਸੀਂ ਹੋ ਤੇ ਮੈਂ ਰਾਈਟ, ਅਸੀਂ ਇੱਕੋ ਹੀ ਕਾਫੀ ਪੜ੍ਹਦੇ ਹਾਂ ਰਾਈਟ, ਤੇ ਤੁਸੀਂ ਜ਼ਿੰਦਗੀ ਦੇ ਇੰਨੇ ਤੁਹਾਡੇ ਤਜਰਬਾਤ ਨੇ, ਤੁਹਾਡੇ ਇੰਨੇ ਵੇਰੀਡ ਨੇ, ਇੱਕ ਤੁਸੀਂ ਲਫ਼ਜ਼ਾਂ ਨਾਲ ਖੇਡਣਾ ਜਾਣਦੇ ਹੋ, ਤੁਸੀਂ ਇੱਕ ਛੋਟੀ ਜਿਹੀ ਚੀਜ਼ ਨੂੰ ਲੈ ਕੇ ਉਹਨੂੰ ਬਰੋਡ ਦੁਨੀਆ ਦੇ ਇਗਜ਼ਾਮਪਲ ਤੁਸੀਂ ਕਹਿੰਦੇ ਹੋ, ਮਸਲਨ ਤੁਹਾਡੇ ਤੁਹਾਡੇ ਦਿਮਾਗ ਦੇ ਵਿੱਚ ਐਜ਼ ਯੂ ਆਰ ਸਪੀਕਿੰਗ ਤੁਹਾਡੇ ਉਹ 10 ਮਸਲਨ ਤੁਹਾਡੇ ਦਿਮਾਗ 'ਚ ਆ ਜਾਂਦੇ, ਮੇਰੇ ਤੇ ਨਹੀਂ ਨਾ ਆਉਂਦੇ। ਸੋ ਮਤਲਬ ਕਿ ਜਿੱਦਾਂ ਅਮਰ ਵੀ ਕਹਿ ਰਹੇ ਨੇ ਕਿ ਦਿਸ ਇਜ਼ ਆਲਸੋ ਐਨ ਆਰਟ, ਕਿ ਵੀ ਤੁਸੀਂ ਕੋਈ ਚੀਜ਼ ਦੇ ਕੇ ਉਹਨਾਂ ਦੀ ਜਿਹੜੇ ਰਾਈਟਰ ਹੁੰਦੇ ਉਹਨਾਂ ਦੀ ਸ਼ਾਰਪਨਡ ਸੈਂਸਿਸ ਹੁੰਦੀਆਂ ਨੇ, ਉਹ ਜਿਹੜੀ ਉਹਨਾਂ ਨੇ ਚੀਜ਼ ਨੂੰ ਮਿੰਟ 'ਚ ਇੱਕ ਦੇਖ ਕੇ ਪਿਕਅਪ ਕਰ ਲੈਣਾ ਹੁੰਦਾ, ਜਿਹੜੇ ਆਮ ਲੋਕ ਹੁੰਦੇ ਨੇ ਉਹ ਕਹਾਣੀ ਪੜ੍ਹ ਜਾਂਦੇ ਨੇ, ਤੇ ਜਿਹੜੇ ਜਿਹੜੇ ਹੁਣ ਤੁਹਾਡੇ ਵਰਗੇ ਜਾਂ ਆਮੀਨ ਜਾਵੇਦ ਸਰ ਵਗੈਰਾ ਸਾਰੇ, ਤੁਸੀਂ ਜਿਹੜੇ ਲੇਖਕ ਹੋ, ਤੁਸੀਂ ਉਹਨੂੰ ਬੜੀਆਂ ਪੱਖਾਂ ਤੋਂ ਦੇਖਦੇ ਹੋ, ਐਂਡ ਦੈਨ ਤੁਸੀਂ ਉਹਨੂੰ ਫਿੱਟ ਕਰਦੇ ਹੋ ਕਿ ਅੱਛਾ ਦੁਨੀਆ ਚੱਲ ਰਹੀ ਹੈ ਕਿਸ ਤਰ੍ਹਾਂ ਇੱਥੇ ਫਿੱਟ ਹੁੰਦੀ ਚੀਜ਼। ਸੋ ਆਈ ਥਿੰਕ ਇਹਨਾਂ ਦੋਨੋਂ ਚੀਜ਼ਾਂ ਦੀ ਜਗ੍ਹਾ ਹੈਗੀ। ਬੀਬਾ ਜੀ ਸਾਡੇ ਤੇ ਮੈਡੀਕਲ ਦੇ ਵਿੱਚ ਤਾਂ ਇਹ ਬਹੁਤ ਹੈ। ਅਮਰਜੀਤ ਜੀ ਤੇ ਬੀਬਾ ਜੀ, ਹਾਂਜੀ, ਬਹਿਸ ਦੇ ਵਿੱਚ ਇੱਕ ਐਸਾ ਪੁਆਇੰਟ ਆ ਜਾਂਦਾ ਹੈ ਕਿ ਉੱਥੇ ਮੈਂ ਗਿਵ ਅਪ ਕਰ ਦਿੰਦਾ, ਮੈਂ ਕਹਿੰਦਾ ਠੀਕ ਹੈ ਤੁਸੀਂ ਵੀ ਠੀਕ ਹੋਗੇ, ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਆਪਣਾ ਪੁਆਇੰਟ ਜਿਹੜਾ ਉਹਨੂੰ ਜਿੱਤਣ ਵਾਲਾ ਪੁਆਇੰਟ ਬਣਾਵਾਂ। ਸਰ ਜਿੱਤਣ ਹਾਰਨ ਦੀ ਨਹੀਂ, ਸਮਝਣ ਦੀ ਗੱਲ ਹੈ, ਸਾਡੇ ਵਰਗੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਬਸ ਤੁਸੀਂ ਇਹ ਜਿਵੇਂ ਤੁਸੀਂ ਸਮਝ ਰਹੇ ਹੋ, ਮੈਂ ਤੁਸੀਂ ਜ਼ਰੂਰ ਸਮਝਦੇ ਰਹੋ, ਮੈਂ ਉਂਝ ਨਹੀਂ ਸਮਝਦਾ। ਠੀਕ ਹੈ, ਤੇ ਤੁਸੀਂ ਮਤਲਬ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਅਗਲੇ ਨੂੰ ਮਨਾ ਲਓ। ਨਹੀਂ, ਅਸੀਂ ਮਨਾਉਂਦਾ ਨਹੀਂ। ਡਾਕਟਰ ਸਾਹਿਬ, ਇੱਕ ਬੰਦੇ ਨੂੰ ਸਰਦੀ ਬਹੁਤੀ ਲੱਗਦੀ ਹੈ, ਇੱਕ ਜਗ੍ਹਾ ਤੇ ਬੈਠਿਆ, ਇੱਕ ਨੂੰ ਉੱਥੇ ਗਰਮੀ ਲੱਗਦੀ ਹੈ, ਇਹ ਵੀ ਤੇ ਹੈ ਨਾ, ਤੇ ਉਹ ਦੂਸਰੇ ਨੂੰ ਮਨਾ ਤੇ ਨਹੀਂ ਸਕਦਾ ਯਾਰ, ਤੈਨੂੰ ਕੋਈ ਸਰਦੀ ਲੱਗਦੀ ਹੈ, ਮੈਨੂੰ ਗਰਮੀ ਲੱਗਦੀ ਹੈ। ਤਮਾਮ ਦਲੀਲਾਂ ਦਿੱਤੀਆਂ ਨੇ ਔਰ ਤੁਹਾਡੀਆਂ ਦਲੀਲਾਂ ਆਪਣੀ ਜਗ੍ਹਾ ਤੇ ਵੈਲਿਡ ਹੋਣਗੀਆਂ, ਤੇ ਮੇਰਾ ਮਤਲਬ ਕਹਿਣ ਦਾ ਇਹ ਹੈਗਾ ਕਿ at some point let it go ji, let it go, bilkul sahi hai gal, hai bhi theek hai, bilkul let it go. Can I just say Dr. Saab, I'm glad you chose this poem though, because it was in contrast to last week's poem that got me too depressed. So this gave me a bit of hausla, so yeah, I just want to say that. pichli kaafi se saare ne kya badi udaas si। ਲਓ ਜੀ, ਮੈਂ ਹੁਣ ਜਾਣਾ ਹੈ, ਮੈਨੂੰ ਠੀਕ ਹੈ। ਹਾਂਜੀ ਡਾਕਟਰ ਸਾਹਿਬ ਚਲੇ ਗਏ ਨੇ। ਅੱਛਾ, ਹੋਰ ਕੋਈ ਗੱਲ ਹੁਣ? ਉਹ ਤਾਂ ਪੁਆਇੰਟ ਨੂੰ ਛੱਡੀ ਆਪਾਂ, ਪੁਰਾਣਾ ਜਿਹੜਾ ਹੋ ਗਿਆ, ਹੋਰ ਕੋਈ ਰਿਕਾਰਡਿੰਗ ਬੰਦ ਕਰ ਦਿਓ। ਹਾਂਜੀ, ਰਿਕਾਰਡਿੰਗ ਬੰਦ ਬੰਦ ਹੋ